ਇਨੀਸ਼ੀਏਟਿਵ ਦੇਖ ਰਹੇ ਸਾਰੇ ਦਰਸ਼ਕਾਂ ਦਾ, ਮੈਂ ਗੁਰਪ੍ਰੀਤ ਸੰਧਾਵਾਲੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਵਾਂ ਮਸਲਾ, ਨਵੀਂ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਜੋ ਇਸ ਵਕਤ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ, ਚਾਹੇ ਉਹ ਸਿਆਸੀ ਤੌਰ 'ਤੇ ਹੋਣ, ਚਾਹੇ ਸਮਾਜਿਕ ਤੌਰ ਦੇ ਉੱਪਰ ਹੋਣ, ਉਹਨਾਂ ਦੇ ਵਿੱਚ ਸੱਚਾਈ ਕੀ ਹੈ ਅਤੇ ਕਿਹੜੀ ਕਿਸ ਚੀਜ਼ ਨੂੰ ਕਿਵੇਂ ਮੋੜਾ ਦਿੱਤਾ ਜਾ ਰਿਹਾ। ਪ੍ਰਾਈਮ ਏਸ਼ੀਆ ਟੀ ਵੀ ਦੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ, ਉਹਦੇ ਲਈ ਅਸੀਂ ਦਿਲੋਂ ਧੰਨਵਾਦੀ ਹਾਂ। ਅਤੇ ਮੈਂ ਸਟਾਰਟਿੰਗ 'ਚ ਇੱਕ ਗੱਲ ਫਿਰ ਜ਼ਰੂਰ ਦੱਸਦਾ ਜਾਵਾਂ ਕਿ ਹੁਣ ਪ੍ਰਾਈਮ ਏਸ਼ੀਆ ਟੀ ਵੀ ਦੇ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਪੂਰੇ ਯੂਰਪ ਦੇ ਵਿੱਚ ਬ੍ਰਿਟਿਸ਼ੀਆ ਟੀ ਵੀ ਦੇ ਜ਼ਰੀਏ ਵੀ ਦੇਖ ਸਕਦੇ ਹੋ। ਅਤੇ ਸਾਡੀ ਜਿਹੜੀ ਐਪ ਹੈ ਜਿਹੜੀ ਕਿ ਅਜੇ ਤੱਕ ਮੇਰਾ ਖਿਆਲ ਜੇ ਤੁਸੀਂ ਪਹਿਲਾਂ ਡਾਊਨਲੋਡ ਕੀਤੀ ਹੈ ਤਾਂ ਹੋ ਸਕਦਾ ਪੁਰਾਣੀ ਹੋਵੇ, ਉਹਨੂੰ ਅਨਇੰਸਟਾਲ ਕਰਕੇ ਨਵੀਂ ਐਪ ਨੂੰ ਡਾਊਨਲੋਡ ਜ਼ਰੂਰ ਕਰ ਲੈਣਾ, ਕਿਉਂਕਿ ਉਹਦੇ ਵਿੱਚ ਹੁਣ ਇੱਕ ਰੇਡੀਓ ਦੀ ਆਪਸ਼ਨ ਵੀ ਹੈ ਤੁਹਾਡੇ ਕੋਲ, ਯਾਨੀ ਕਿ ਜੇ ਤੁਸੀਂ ਟੀ ਵੀ ਨਹੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਜਸਟ ਆਡੀਓ ਜਿਹੜੀ ਹੈ ਉਹ ਵੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਐਚ ਡੀ ਐਂਡ ਐਸ ਡੀ ਦੋਨਾਂ ਫਾਰਮੈਟਸ ਦੇ ਵਿੱਚ ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਨੂੰ ਵੀ ਦੇਖ ਸਕਦੇ ਹੋ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਇਸ ਪ੍ਰੋਗਰਾਮ ਦੇ ਵਿੱਚ ਫਿਰ ਮੈਂ ਇੱਕ ਪੋਲੀਟੀਕਲ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਾਵਾਂਗਾ ਅਤੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦਾ ਕਾਰਨ ਮੁੱਦਾ ਜਿਹੜਾ ਹੈ ਉਹ ਇਹ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਹੈ ਇਸ ਵਕਤ ਖਲਾਰਾ ਪਿਆ ਹੋਇਆ, ਉਹਨੂੰ ਸਮਝਣ ਦੀ ਲੋੜ ਲੱਗ ਰਹੀ ਹੈ ਅਲੱਗ ਅਲੱਗ ਐਂਗਲਸ ਤੋਂ, ਐਂਡ ਕੁਛ ਕੁ ਪੁਆਇੰਟ ਆਫ ਵਿਊ ਉਹਨਾਂ ਦਾ ਵੀ ਹੈ। ਸੋ ਅਸੀਂ ਸੋਚਿਆ ਕਿ ਕਿਉਂ ਨਾ ਆਪ ਜੀ ਦੇ ਸਨਮੁੱਖ ਰੱਖਿਆ ਜਾਵੇ ਤਾਂ ਜੋ ਇੱਕ ਉਸ ਵੱਖਰੇ ਐਂਗਲ ਤੋਂ ਵੀ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਇਸ ਖਲਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਅਸਲ ਦੇ ਵਿੱਚ ਜੋ ਨਜ਼ਰ ਆ ਰਿਹਾ ਕਿ ਉਹੀ ਕੁਛ ਹੈ ਜਾਂ ਫਿਰ ਉਹਦੇ ਅੱਗੇ ਪਿੱਛੇ ਕੁਛ ਹੋਰ ਵੀ ਸਿਆਸੀ ਚਾਲਾਂ ਕੰਮ ਕਰ ਰਹੀਆਂ ਨੇ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਸਰਬਜੀਤ ਕੌਰ ਮਾਣੂਕੇ ਹੋਰਾਂ ਦਾ ਕਹਿ ਲਓ ਕਿ ਵੀ ਇੱਕ ਪੋਸਟਰ ਆਇਆ ਸੀਗਾ ਸਾਹਮਣੇ ਜਿਹਦੇ ਉੱਪਰ ਜੁੱਤੀਆਂ ਦਾ ਹਾਰ ਪਾਇਆ ਗਿਆ ਸੀਗਾ, ਐਂਡ ਉਹ ਬੜੀ ਹੀ ਸ਼ਰਮਨਾਕ ਘਟਨਾ ਸੀ ਮੇਰੇ ਖਿਆਲ ਨਾਲ, ਨਾ ਤਾਂ ਆਮ ਆਦਮੀ ਪਾਰਟੀ ਨੇ ਅਤੇ ਨਾ ਹੀ ਕੋਈ ਹੋਰ ਕਿਸੇ ਵਿਰੋਧੀ ਪਾਰਟੀ ਦਾ ਕਹਿ ਲਓ ਕਿ ਲੀਡਰ ਰਹਿ ਗਿਆ ਸੀ ਜਿਹਨੇ ਇਸ ਚੀਜ਼ ਦਾ ਵਿਰੋਧ ਨਾ ਕੀਤਾ ਹੋਵੇ। ਈਵਨ ਪੰਜਾਬੀਆਂ ਨੇ ਖੁਦ ਇਸ ਚੀਜ਼ ਦਾ ਬੜਾ ਵਿਰੋਧ ਕੀਤਾ ਸੀ ਕਿ ਬੜੀ ਕਹਿ ਲਓ ਕਿ ਨੀਵੇਂ ਪੱਧਰ ਦੀ ਘਟਨਾ ਹੈ। ਸੋ ਉਹੀ ਸ਼ਖਸੀਅਤ ਅੱਜ ਆਪਣੇ ਨਾਲ ਨੇ, ਆਪਾਂ ਉਹਨਾਂ ਦੇ ਇਸ ਪੋਲੀਟੀਕਲ ਸਫ਼ਰ ਬਾਰੇ ਵੀ ਗੱਲ ਕਰਾਂਗੇ, ਪਲੱਸ ਆਮ ਆਦਮੀ ਪਾਰਟੀ ਦੇ ਖਿਲਾਰੇ ਬਾਰੇ ਵੀ ਗੱਲ ਕਰਾਂਗੇ। ਸੋ ਆਪਾਂ ਸਵਾਗਤ ਕਰਦੇ ਹਾਂ ਸਰਬਜੀਤ ਕੌਰ ਮਾਣੂਕੇ ਜੀ ਦਾ, ਜੋ ਕਿ ਹਲਕਾ ਜਗਰਾਓਂ ਤੋਂ ਐਮ ਐਲ ਏ ਨੇ। ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਪ੍ਰਾਈਮ ਏਸ਼ੀਆ ਦੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣੂਕੇ ਜੀ, ਤੁਹਾਡੇ ਨਾਲ ਜੋ ਪਿਛਲੇ ਦਿਨ ਹੀ ਵਾਪਰਿਆ ਸੀਗਾ, ਮੈਂ ਚਾਹੁੰਦਾ ਕਿ ਮੈਂ ਸ਼ੁਰੂਆਤ ਉਸੇ ਘਟਨਾ ਤੋਂ ਹੀ ਕਰਾਂ ਜੋ ਵੀ ਵਾਪਰਿਆ ਆਮ ਆਦਮੀ ਪਾਰਟੀ 'ਚ, ਆਪਾਂ ਹੌਲੀ ਹੌਲੀ ਚਲੋ ਉਸ ਪਾਸੇ ਜਾਵਾਂਗੇ। ਪਰ ਜਿਸ ਦਿਨ ਉਹ ਘਟਨਾ ਵਾਪਰੀ ਹੈ, ਸੋਸ਼ਲ ਮੀਡੀਆ ਦੇ ਉੱਪਰ ਉਹ ਫੋਟੋ ਤਸਵੀਰ ਵਾਇਰਲ ਹੁੰਦੀ ਹੈ, ਉਹਦੇ ਬਾਰੇ ਤੁਹਾਨੂੰ ਕਦੋਂ ਪਤਾ ਲੱਗਦਾ, ਐਂਡ ਉਹ ਜਦੋਂ ਤੁਸੀਂ ਤੁਹਾਨੂੰ ਉਹਦੇ ਬਾਰੇ ਪਤਾ ਲੱਗਿਆ ਸੀ, ਉਸ ਤੋਂ ਬਾਅਦ ਤੁਹਾਡਾ ਰਿਐਕਸ਼ਨ ਜਾਂ ਤੁਹਾਡੇ ਦਿਲੋ ਦਿਮਾਗ 'ਤੇ ਕੀ ਬੀਤਿਆ, ਜ਼ਰੂਰ ਸਾਂਝਾ ਕਰੋ। ਇਸ ਨੂੰ ਮੈਂ ਬਹੁਤ ਹੀ ਮੰਦਭਾਗਾ ਕਹੂੰਗੀ ਅਤੇ ਕਿਸੇ ਸ਼ਾਤਰ ਦਿਮਾਗ ਦੀ ਬੜੀ ਘਟੀਆ ਚਾਲ ਕਹੂੰਗੀ ਜੀ। ਇੱਕ ਬੰਦਾ ਸ਼ੈਟਨ ਬੈਠਾ, ਦਵਿੰਦਰ ਸਿੰਘ ਬੀਲਾ, ਅੱਛਾ ਜੀ, ਆਪਦੇ ਪੇਜ 'ਤੇ ਪਾ ਰਿਹਾ ਪ੍ਰੋਫਾਈਲ ਪਿਕਚਰ ਦੇ ਵਿੱਚ ਮੇਰੀ ਫੋਟੋ, ਨਾਲ ਦੀ ਨਾਲ ਉਹ ਮੇਰੇ ਪਿੰਡ ਰਸੂਲਪੁਰ ਦੇ ਵਿੱਚ ਵਾਇਰਲ ਕਰ ਰਿਹਾ ਵੀ ਇਹਦੀ ਇਸ ਚੀਜ਼ ਦੇ ਪੁਤਲੇ ਵੀ ਫੂਕਣੇ ਆ। ਅੱਛਾ ਜੀ। ਅੱਛਾ, ਉਸ ਤੋਂ ਬਾਅਦ ਉਹ ਤੋਂ ਜਦੋਂ ਇਸ ਚੀਜ਼ ਦਾ ਕੁਐਸਚਨ ਪੁੱਛਿਆ ਜਾਂਦਾ ਵੀ ਤੁਸੀਂ ਕਿਉਂ ਕੀਤਾ, ਉਹ ਕਹਿੰਦਾ ਜੀ ਮੈਂ ਤਾਂ ਸੁੱਤਾ ਪਿਆ ਸੀ, ਕੋਈ ਦੋ ਬੰਦੇ ਮੇਰੇ ਘਰ ਐਂਟਰ ਆਏ ਕਿਤੇ, ਪਰ ਮੈਨੂੰ ਨਹੀਂ ਪਤਾ ਕੌਣ ਮੇਰੇ ਆ ਕੇ ਪਾ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਉਹ ਖਹਿਰਾ ਸਾਹਿਬ ਦਾ OST ਵੀ ਰਿਹਾ ਹੈ, ਵੀ ਹੈ ਉਹਦੇ ਨੇੜਲੇ ਸੰਬੰਧ ਵੀ ਹੈ। ਪਰ ਮੈਂ ਇੱਕ ਗੱਲ ਜ਼ਰੂਰ ਇੱਥੇ ਕਹਿਣਾ ਚਾਹਾਂਗੀ, ਖਹਿਰਾ ਸਾਹਿਬ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਇਹ ਤਾਂ ਉਹ ਜਾਂ ਉਹਨਾਂ ਦੇ ਰੱਬ ਜਾਣਦੇ ਆ, ਪਰ ਐਡੀ ਮੰਦਭਾਗੀ ਹਰਕਤ। ਮੈਂ ਇੱਕ ਪਰਿਵਾਰ ਦੀ ਲੇਡੀ ਹਾਂ, ਸਿੰਪਲ ਜਿਹੇ ਪਰਿਵਾਰ 'ਚ ਮੈਂ ਜੰਮੀ ਪਲੀ, ਸਿੰਪਲ ਪਰਿਵਾਰ 'ਚ ਵਿਆਹੀ ਹੋਈ। ਮੈਂ ਆਪਣੇ ਲਈ ਤਾਂ ਇੱਕ ਮੈਰਿਡ ਲੇਡੀ, ਅਤੇ ਇੱਦਾਂ ਦਾ ਜਦੋਂ ਕੋਈ ਐਕਸ਼ਨ ਹੁੰਦਾ ਉਹ ਆਪਣੇ ਲਈ ਤਾਂ ਕਿਤੇ ਨਾ ਕਿਤੇ ਫਿਰ ਵੀ ਬਰਦਾਸ਼ਤ ਕਰ ਲੈਂਦੀ ਹੈ, ਕਿਉਂਕਿ ਉਹਨੂੰ ਉਹਦੇ ਹਸਬੈਂਡ ਸਪੋਰਟ ਕਰਦੇ, ਉਹਨੂੰ ਉਹਦਾ ਸਾਰਾ ਪਰਿਵਾਰ ਸਪੋਰਟ ਕਰਦਾ, ਉਹਨੂੰ ਉਹਦੀ ਫੈਮਿਲੀ ਸਪੋਰਟ ਕਰਦੀ ਹੈ। ਬੜਾ ਮੰਦਭਾਗਾ ਉਦੋਂ ਲੱਗਿਆ ਜਦੋਂ ਸਾਡੀ ਇੱਕ LLM ਕਰਦੀ ਬੱਚੀ, 29 ਸਾਲ ਦੀ ਰੂਬੀ, ਰੁਪਿੰਦਰ ਕੌਰ ਰੂਬੀ, MLA, ਉਹਦੇ ਲਈ ਐਡੀ ਗੰਦੀ ਸ਼ਬਦਾਵਲੀ ਵਰਤੀ ਗਈ ਕਿ ਸਮਝ ਨਹੀਂ ਆਉਂਦਾ ਵੀ ਅਸੀਂ ਪੰਜਾਬੀਆਂ ਦਾ, ਗੈਰਤਮੰਦ ਪੰਜਾਬੀਆਂ ਦਾ, ਉਹਨਾਂ ਪੰਜਾਬੀਆਂ ਦਾ ਜਿਹੜੇ ਪੰਜਾਬੀ ਸੂਰਮੇ ਰਾਤ ਨੂੰ 12 ਵਜੇ ਉੱਠ ਕੇ ਲੋਕ ਦੁਸ਼ਮਣਾਂ ਦੀਆਂ ਧੀਆਂ ਵੀ ਘਰਾਂ 'ਚੋਂ ਛੁਡਾ ਲਿਆਉਂਦੇ ਸੀ ਜਦੋਂ ਸਾਡੇ ਮੁਗਲ ਫੜ ਕੇ ਲੈ ਜਾਂਦੇ ਸੀ, ਜਾਂ ਸਾਡੇ ਅੰਗਰੇਜ਼ ਸਾਡੇ 'ਤੇ ਅੱਤਿਆਚਾਰ ਕਰਦੇ ਸੀ, ਪਰ ਇਹ ਕਿਹੜੇ ਪੰਜਾਬੀ ਜੰਪੇ ਜਿਹੜੇ 12 ਵਜੇ ਉੱਠ ਕੇ ਲੋਕਾਂ ਦੀਆਂ ਧੀਆਂ 'ਤੇ, ਜਿਨ੍ਹਾਂ ਦੀ ਪਰਸਨੈਲਿਟੀ ਨੂੰ, ਜਿਨ੍ਹਾਂ ਦੀ ਐਜੂਕੇਸ਼ਨ ਨੂੰ ਉਹ ਮੈਚ ਨਹੀਂ ਕਰ ਸਕਦੇ, ਉਹ ਕ੍ਰੈਕ ਨਹੀਂ ਕਰ ਸਕਦੇ, ਪਰ ਸ਼ਾਇਦ ਕਿਤੇ ਆਪਣੀ ਘਟੀਆ ਰਾਜਨੀਤੀ ਦੇ ਨਾਲ ਉਹਨਾਂ ਨੂੰ ਕੋਈ ਹਨੀਪ੍ਰੀਤ ਕਹਿ ਰਿਹਾ। ਸਾਡੀ ਬੀਬਾ ਬਲਜਿੰਦਰ ਜੀ ਗੁਰਸਿੱਖ ਪਰਿਵਾਰ ਦੀ ਕੁੜੀ ਹੈ, ਉਹਦੇ 'ਤੇ ਕਿੱਡੀ ਭੱਦੀ ਸ਼ਬਦਾਵਲੀ ਵਰਤੀ ਗਈ। ਆਪਾਂ ਇਹ ਵੀ ਨਹੀਂ ਸੋਚਦੇ ਵੀ ਚਲੋ ਸਰਬਜੀਤ ਕੌਰ ਮਾਣੂਕੇ ਇੱਕ ਮਚਿਓਰ ਲੇਡੀ ਹੈ, ਉਹਦੇ ਲਈ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ, ਸਾਡੇ ਦਿਲ ਨੂੰ ਦੁੱਖ ਲੱਗਦਾ ਵੀ ਇਹ ਕੀ ਹੋ ਰਿਹਾ। ਪਰ ਉਹ ਦੋਨੇ ਬੀਬੀਆਂ ਸਾਡੀਆਂ ਧੀਆਂ ਅਤੇ ਸਾਡੀਆਂ ਛੋਟੀਆਂ ਭੈਣਾਂ ਵੀ ਹੈ, ਅਸੀਂ ਕਿਹੜੀ ਰਾਜਨੀਤੀ 'ਚ ਪੈ ਗਏ ਗੁਰਪ੍ਰੀਤ ਜੀ, ਅਸੀਂ ਉਸ ਰਾਜਨੀਤੀ 'ਚ ਪੈ ਗਏ, ਅਸੀਂ ਇਹਦਾ ਮਤਲਬ ਆਪਣੇ ਬਜ਼ੁਰਗਾਂ ਦੀ ਦਿੱਤੀ ਸਿੱਖਿਆ ਭੁੱਲ ਗਏ ਵੀ ਦੇਖ
ਆਪਣੀਆਂ ਜਾਣੋ। ਸਾਡੇ ਗੁਰੂਆਂ ਨੇ ਸਾਨੂੰ ਕੀ ਕਿਹਾ ਵੀ ਦੂਜੀਆਂ ਮੰਦੀਆਂ ਚੰਗੀਆਂ ਔਰਤਾਂ ਨੂੰ ਦੇਖ ਕੇ ਧੀਆਂ ਭੈਣਾਂ ਜਾਣੋ। ਠੀਕ ਹੈ, ਇਹ ਨਾ ਜਾਣੋ ਵੀ ਤੁਸੀਂ ਵੀ ਕਿਹਦੀ ਧੀ ਨੂੰ ਕਿਵੇਂ ਤੁਸੀਂ ਲੁੱਟ ਸਕਦੇ ਹੋ, ਪੁੱਟ ਸਕਦੇ ਹੋ। ਅਸੀਂ ਤਾਂ ਕਿਸੇ ਵੀ ਸੱਤ ਬਗਾਨੇ ਦੀ ਕੁੜੀ ਨੂੰ ਵੀ ਆਪਣੀ ਧੀ ਜਾਣਦੇ ਹਾਂ। ਅਸੀਂ ਉਸ ਗੁਰਸਿੱਖ ਪਰਿਵਾਰ ਦੇ ਵਿੱਚੋਂ ਹਾਂ, ਅਸੀਂ ਉਸ ਕੌਮ ਦੇ ਵਿੱਚੋਂ ਹਾਂ ਜਿੱਥੇ ਸਾਡੇ ਬਜ਼ੁਰਗਾਂ ਨੇ ਲੋਕਾਂ ਦੀਆਂ ਧੀਆਂ ਭੈਣਾਂ ਛਡਾਈਆਂ ਹੋਈਆਂ। ਪਰ ਮੈਂ ਕਹਿੰਦੀ ਹਾਂ ਸਭ ਤੋਂ ਵੱਧ ਘਟੀਆ ਚਾਲ ਉਸ ਬੰਦੇ ਨੇ ਜੋ ਕੀਤੀ, ਜਿਹੜੇ ਬੰਦੇ ਨੇ ਮੇਰੀ ਫੋਟੋ ਇੱਕ ਪ੍ਰੋਪਰ ਪ੍ਰੋਫਾਈਲ ਬਣਾਈ ਉਹਦੀ, ਤੇ ਮੇਰੇ ਫਾਦਰ ਨੂੰ 85 ਸਾਲ ਦੇ ਮੇਰੇ ਫਾਦਰ ਹੈ, ਟੀਚਿੰਗ ਪ੍ਰੋਫੈਸ਼ਨ ਚੋਂ ਰਿਟਾਇਰ ਹੋਏ ਆ। ਸਰਦਾਰ ਗੁਲਵੰਤ ਸਿੰਘ ਦਾ ਇੱਕ ਨਾਮ ਹੈ ਮਾਣੂਕੇ ਪਿੰਡ ਦੇ ਵਿੱਚ, ਉਹਨੂੰ ਦਿਖਾਇਆ ਗਿਆ ਦੇਖ ਤੇਰੀ ਧੀ ਦੇ ਛਿੱਤਰ ਪਏ। ਘਰ ਜਾ ਕੇ ਦਿਖਾ ਕੇ ਆਏ ਆ ਚਾਰ ਮੁੰਡੇ। ਅੱਛਾ, ਫਿਰ ਉਸ ਤੋਂ ਬੜੀ ਗੱਲ ਇਹ ਹੋਈ ਜਦੋਂ ਉਹ ਆਪਣੇ ਰਸੂਲਪੁਰ ਮੁੰਡਿਆਂ ਨੇ ਕਿਸੇ ਦੇ ਕਹੇ ਤੇ ਪੁਤਲਾ ਫੂਕਤਾ, ਉਹਨਾਂ ਨੂੰ ਫੜ ਕੇ ਲੈ ਗਈ ਪੁਲਿਸ। ਫਿਰ ਮੇਰੀ ਇਨਸਾਨੀਅਤ ਨਹੀਂ ਮੰਨੀ ਵੀ ਪੁਲਿਸ ਨੇ ਤਾਂ ਫੜ ਲਏ, ਇਹਨਾਂ ਦੇ 1% ਵੀ ਸਾਡੇ ਕਿਸੇ ਵਲੰਟੀਅਰ ਇੰਨੀ ਸਮਝ ਹੋਵੇ ਰਾਜਨੀਤੀ ਦੀ, ਜਾਂ ਇੰਨਾ ਕੁਛ ਆਈਡੀਆ ਹੋਵੇ ਉਹਨਾਂ ਨੂੰ ਵੀ ਸਾਡੇ ਨਾਲ ਆਹ ਵੀ ਹੋ ਸਕਦਾ, ਤੇ ਇਸ ਚਾਲ ਚ ਫਸਦੇ ਹੀ ਨਾ ਉਹ ਤਾਂ। ਅੱਛਾ, ਉਹਨਾਂ ਨੂੰ ਫਿਰ ਮੈਂ ਹੀ ਜਾ ਕੇ ਛੜਾ ਕੇ ਲਿਆਈ ਜਿਨ੍ਹਾਂ ਨੇ ਤੁਹਾਡਾ ਪੁਤਲਾ ਫੂਕਿਆ ਸੀ। ਜਿਨ੍ਹਾਂ ਨੇ ਮੇਰਾ ਪੁਤਲਾ ਫੂਕਿਆ ਸੀ, ਮੈਂ ਆਪਣਾ ਮੁੰਡਾ ਭੇਜਿਆ SP ਭਾਰਦਵਾਜ ਜੀ ਨੂੰ ਫੋਨ ਕੀਤਾ, ਮੈਂ ਕਿਹਾ ਵੀ ਜੀ ਕੁਛ ਨਾ ਕਰਿਓ ਛੱਡ ਦਿਓ, ਪਰ ਇੱਦਾਂ ਦੀ ਹਰਕਤ। ਫਿਰ ਦੇਖੋ ਪਿੰਡ ਸਿੱਧਵਾਂ ਕਲਾਂ ਦੇ ਵਿੱਚ ਕਿਸੇ NRI ਨੇ 10,000 ਭੇਜਿਆ ਜੀ, ਨਾਮ ਤਾਂ ਕੀ ਲੈਣਾ ਆਪਾਂ, ਠੀਕ ਹੈ 10,000 ਭੇਜਿਆ। ਕਾਹਦੇ ਲਈ ਭੇਜਿਆ? ਭੇਜਿਆ ਇਸ ਲਈ ਵੀ ਸ਼ਰਾਬ ਪੀਓ ਜਾ ਕੇ, ਚੰਗੇ ਮੈਡਮ ਦਾ ਦਰਵਾਜ਼ਾ ਭੰਨ ਕੇ ਆਓ, ਅਸੀਂ ਤੁਹਾਡੇ ਘਰ ਮੇਰੇ ਘਰ ਦਾ ਦਰਵਾਜ਼ਾ ਭੰਨ ਕੇ ਆਓ। ਅਸੀਂ ਕਿਹੜੀ ਰਾਜਨੀਤੀ 'ਚ ਪੈ ਚੁੱਕੇ ਹਾਂ, ਅਸੀਂ ਕਿਹੋ ਜਿਹੀ ਰਾਜਨੀਤੀ 'ਚ ਪੈ ਚੁੱਕੇ ਹਾਂ। ਸਭ ਤੋਂ ਮੰਦਭਾਗੀ ਗੱਲ ਉਦੋਂ ਹੋਈ ਜਦੋਂ ਪੰਡੋਰੀ ਦੇ ਫਾਦਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਲਾਂਬੂ ਲੱਗਿਆ ਸੀ ਚਿਤਾ ਨੂੰ ਅਜੇ, ਤੇ ਬਾਹਰ ਮੁਰਦਾਬਾਦ ਦੇ ਨਾਰੇ ਲੱਗਣ ਲੱਗ ਗਏ। ਸੱਤ ਬਗਾਨਾ ਵੀ ਛੱਡ ਦਿੰਦੇ ਆਪਾਂ ਇਸ ਦਿਨ ਤਾਂ, ਆਪਾਂ ਨੂੰ ਕਿਹੜੀ ਚੀਜ਼, ਇੱਕ ਮੁੱਦਾ ਇੱਕ ਲੜਾਈ ਲੜੀ ਗਈ ਆਪਾਂ, ਪਰ ਰਾਜਨੀਤੀ ਦਾ ਘਰ ਇੰਨਾ ਬੁਰਾ ਤਾਂ ਮੈਂ ਨਹੀਂ ਕਦੇ ਦੇਖਿਆ। ਇਹ ਇੱਕ ਮਿੰਟ ਦੱਸਿਓ ਮੈਨੂੰ ਇੱਥੇ ਸਰਬਜੀਤ ਜੀ ਕਿ ਜਿਹੜਾ ਇਹ ਸਾਰਾ ਕੁਛ ਹੋ ਰਿਹਾ ਇਹ ਕੀ ਪਾਰਟੀ ਦੇ ਵਿੱਚੋਂ ਹੀ ਹੋ ਰਿਹਾ ਜਾਂ ਤੁਹਾਨੂੰ ਲੱਗਦਾ ਕਿ ਕੋਈ ਵਿਰੋਧੀਆਂ ਦੀ ਚਾਲ ਹੈ ਇਹਦੇ ਵਿੱਚ? ਬਿਲਕੁਲ ਨਹੀਂ ਜੀ, ਮੈਂ ਤਾਂ ਇੱਕ ਗੱਲ ਜ਼ਰੂਰ ਕਹੂੰਗੀ, ਸਾਡੇ ਕੋਲ ਆਮ ਆਦਮੀ ਪਾਰਟੀ ਦੇ 3 ਜੁਝਾਰੂ ਲੀਡਰ ਸੀ ਜੀ, ਜਿਨ੍ਹਾਂ ਨੂੰ ਥੰਮ ਕਿਹਾ ਜਾਂਦਾ ਸੀ ਪਾਰਟੀ ਦਾ, ਕਿਹਾ ਜਾਂਦਾ ਹੈ, ਠੀਕ ਹੈ, ਅੱਜ ਵੀ ਸਾਡੀ ਪਾਰਟੀ ਦੇ ਆ। ਫੂਲਕਾ ਜੀ ਜੀ ਅੰਡਰ ਪ੍ਰੈਸ਼ਰ LOP ਛੱਡ ਕੇ ਗਏ, ਉਹਨਾਂ ਦਾ ਬਿਆਨ ਤੁਸੀਂ ਸਭ ਨੇ ਪੜ੍ਹ ਲਿਆ, ਮੈਂ ਕੁਛ ਨਹੀਂ ਕਹਿਣਾ ਚਾਹੂੰਗੀ। ਉਸ ਤੋਂ ਬਾਅਦ ਖਹਿਰਾ ਸਾਹਿਬ ਜੀ ਪੰਜਾਬ ਦੇ ਵਿੱਚ ਇੱਕ ਬੜੀ ਉੱਭਰਦੀ ਸ਼ਖਸੀਅਤ ਬਣ ਕੇ ਉੱਭਰ ਰਹੇ ਸੀ ਜੀ ਜੀ, ਠੀਕ ਹੈ, ਖਹਿਰਾ ਸਾਹਿਬ ਪੁਰਾਣੇ ਪੋਲੀਟੀਕਲ ਪਰਸਨ ਹੈ, ਪਰ ਜਿਹੜਾ ਸਟੇਜ ਜਿਹੜੀ ਪਲੇਟਫਾਰਮ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਦਿੱਤੀ, ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਉਹਨਾਂ ਨੂੰ ਹਾਈਟ ਮਿਲੀ ਜੀ, ਉਹ ਹਾਈਟ ਉਹਨਾਂ ਨੇ ਆਪਣੇ ਪੋਲੀਟੀਕਲ ਕੈਰੀਅਰ 'ਚ ਅੱਜ ਤੱਕ ਨਹੀਂ ਸੀ ਲਈ ਜੀ ਜੀ। ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਦੋਨਾਂ ਪਾਰਟੀਆਂ ਨੇ ਸਾਜਿਸ਼ ਦੇ ਤਹਿਤ ਇੱਕ ਟਰੈਕ 'ਚ ਲਿਆਂਦਾ, ਅੱਜ ਉਹ ਵੀ ਅਲੱਗ ਥਲੱਗ ਹੋ ਗਏ ਜੀ। ਤੀਸਰਾ ਟਾਰਗੇਟ ਰਹਿ ਗਿਆ ਸਾਡੇ ਭਗਵੰਤ ਮਾਨ ਜੀ, ਇਸ ਵਾਰ ਟਾਈਮ ਅਸੀਂ ਉਹਨਾਂ ਨੂੰ ਆਪਦੀ ਪਾਰਟੀ ਦਾ ਇੰਜਣ ਵੀ ਕਹਿੰਦੇ ਹਾਂ ਜੀ। ਹੁਣ ਭਗਵੰਤ ਮਾਨ ਜੀ ਆਪਣੇ ਇਹਨਾਂ ਨੂੰ ਫੇਲ ਕਰਨਾ ਕਿਵੇਂ ਕਰੀਏ? ਦੂਸਰੀਆਂ ਪਾਰਟੀਆਂ ਨੇ ਟਾਰਗੇਟ ਕੀਤਾ ਵੀ ਇੱਕ ਬੰਦਾ ਇਹਨਾਂ ਦੀ ਪਾਰਟੀ ਬਚਾ ਸਕਦਾ, ਬਾਕੀ ਸਾਡੇ ਵਰਗੇ ਤਾਂ ਕਿਸੇ ਨਵੀਂ ਗਿਣਤੀ 'ਚ ਨਹੀਂ ਆ ਰਹੇ ਜੀ ਜੀ, ਇਹ 3 ਤਾਂ ਮੇਨ ਥੰਮ ਹੈ ਵੀ ਇਹਨਾਂ ਨੂੰ ਕਿਵੇਂ ਆਪਾਂ ਡਾਊਨ ਕਰੀਏ। ਉਹ ਪੁਰਾਣੀਆਂ ਆਡੀਓਸ ਫੂਲਕਾ ਸਾਹਿਬ ਵਾਲੀ ਜਿਹੜੀ ਸੀ ਕੱਢ ਲਈਆਂ। ਮੈਨੂੰ ਇੱਕ ਗੱਲ ਜ਼ਰੂਰ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਹੀ ਪੁੱਛਣਾ ਚਾਹੁੰਦੀ ਹਾਂ, ਜਿਹੜਾ ਬੰਦਾ ਪੁਰਾਣੀ ਆਡੀਓ ਬਣਾ ਰਿਹਾ ਬੈਠਾ, ਇਹਦਾ ਮਤਲਬ ਇਹ ਉਦੋਂ ਤੋਂ ਚਾਲ ਚੱਲ ਰਿਹਾ? ਜੇ ਉਹ ਪਾਰਟੀ ਦਾ ਹਤੈਸ਼ੀ ਸੀ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਾਨ ਸਾਹਿਬ ਨਾਲ ਕੋਈ ਗੁੱਸਾ ਸੀ ਜੀ, ਇਹ ਉਸੇ ਟਾਈਮ ਸਾਡੇ ਕੋਲ ਆ ਜਾਂਦਾ ਵੀ ਆਹ ਆਡੀਓ ਭਾਈ ਦੱਸੋ ਕੀ ਕਰਨੀ ਜੀ। ਆਪਾਂ ਕਿਸ ਚੀਜ਼ ਦੀ ਵੇਟ ਕਰ ਰਹੇ ਸੀ ਵੀ ਸਰਕਾਰ ਆ ਜਾਏਗੀ? ਕਿਸ ਗੱਲ ਦੀ? ਜੇ ਗਲਤ ਹੈ ਉਹ ਤਾਂ ਸਰਕਾਰ ਆਉਣ ਤੋਂ ਬਾਅਦ ਵੀ ਗਲਤ ਹੈ ਜੀ ਜੀ, ਉਹ ਸਰਕਾਰ ਆਉਣ ਤੋਂ ਪਹਿਲਾਂ ਵੀ ਗਲਤ ਹੈ। ਜੇ ਆਪਾਂ ਉਸੇ ਮੌਕੇ ਤੇ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰ ਪਾਏ, ਆਪਾਂ ਕਿਸ ਗੱਲ ਦੀ ਵੇਟ ਕਰਦੇ ਹਾਂ ਵੀ ਜਦੋਂ ਇਹਦੀ ਹਾਈਟ ਵਧੇਗੀ ਉਦੋਂ ਵਿਰੋਧ ਕਰਨਾ ਜੀ, ਜਾਂ ਜਦੋਂ ਇਹਨੂੰ ਮੈਂ ਸਿੱਟਣਾ ਹੋਇਆ ਉਦੋਂ ਯੂਜ਼ ਕਰੂੰਗਾ? ਜੇ ਆਪਣੇ ਦਿਮਾਗ ਦੇ ਵਿੱਚ ਇਹ ਪੋਲਿਸੀ ਹੈ ਵੀ ਇਹ ਬੰਦਾ ਆਹ ਬੰਦੇ ਨੇ ਅੱਜ ਗਲਤੀ ਕੀਤੀ, ਇਹਨੂੰ ਮੈਂ ਅੱਜ ਨਹੀਂ ਕੁਛ ਕਹਿਣਾ, ਪਰ ਇਹਨੂੰ ਮੈਂ ਕਹਿਣਾ ਉਦੋਂ ਆ ਜਦੋਂ ਮੈਂ ਇਹਨੂੰ ਪੂਰੀ ਤਰ੍ਹਾਂ ਸਿੱਟਣਾ। ਫਿਰ ਤਾਂ ਸਭ ਤੋਂ ਵੱਡੀ ਗਲਤੀ ਤੁਹਾਡੀ ਹੈ।
ਮੈਂ ਸਮਝ ਗਿਆ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਿਆਂ ਜੀ ਕਿ ਇਸ ਵਕਤ ਸਰਬਜੀਤ ਕੌਰ ਮਾਣੂਕੇ ਹਲਕਾ ਜਗਰਾਓਂ ਤੋਂ MLA ਨੇ, ਆਮ ਆਦਮੀ ਪਾਰਟੀ ਦੇ, ਉਹ ਆਪਣੇ ਨਾਲ ਨੇ। ਐਂਡ ਇਹਨਾਂ ਦੇ ਨਾਲ ਅਸੀਂ ਗੱਲਬਾਤ ਇਸ ਵਿਸ਼ੇ 'ਤੇ ਵੀ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹੈਗਾ। ਐਂਡ ਇੱਕ ਲੇਡੀ ਹੋਣ ਦੇ ਨਾਤੇ ਕਹਿ ਲਓ ਕਿ ਵੀ ਇਹਨਾਂ ਨੂੰ ਇਸ 'ਚ ਬਹੁਤ ਸਾਰੀਆਂ ਘਟਨਾਵਾਂ ਜੇ ਹੋਰ ਵੀ ਨੇ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੇ ਤੋਂ ਇਹ ਲੱਗਦਾ ਹੈ ਕਿ ਵੀ ਜੋ ਆਮ ਆਦਮੀ ਪਾਰਟੀ ਦੇ ਵਿੱਚ ਇਸ ਵਕਤ ਸਾਹਮਣੇ ਨਜ਼ਰ ਆ ਰਿਹਾ ਉਹ ਤੋਂ ਬਿਨਾਂ ਅੰਦਰ ਖਾਤੇ ਕੁਝ ਹੋਰ ਵੀ ਚੱਲ ਰਿਹਾ, ਤੁਸੀਂ ਜ਼ਰੂਰ ਸਾਡੇ ਨਾਲ ਬਣੇ ਰਹਿਣਾ। ਸਰਬਜੀਤ ਜੀ, ਮੈਂ ਇੱਥੇ ਤੁਹਾਨੂੰ ਦੋ ਚਾਰ ਚੀਜ਼ਾਂ ਹੋਰ ਪੁੱਛਣੇ ਚਾਹੂੰਗਾ। ਮੇਰੇ ਖਿਆਲ ਅਖਬਾਰਾਂ 'ਚ ਵੀ ਪਿਛਲੇ ਦਿਨੀ ਚਰਚਾ ਸੀਗਾ ਕਿ ਸ਼ਾਇਦ ਤੁਹਾਡੇ ਖਿਲਾਫ਼ ਕੁਛ ਧਰਨੇ ਪ੍ਰਦਰਸ਼ਨ ਵਾਲੀ ਗੱਲ ਹੋਈ, ਮੇਰਾ ਖਿਆਲ ਕੁਛ ਮਤੇ ਵੀ ਤੁਹਾਡੇ ਖਿਲਾਫ਼ ਪਾਏ ਗਏ ਸੀਗੇ। ਬਿਲਕੁਲ ਜੀ, ਸਾਨੂੰ ਇਹ ਤਾਂ ਤੁਹਾਨੂੰ ਉੱਪਰ ਵਾਲੀ ਗੱਲ ਦੱਸ ਰਹੇ ਹਾਂ ਮੈਂ, ਤੁਸੀਂ ਦੱਸ ਰਹੇ ਹਾਂ ਪਾਰਟੀ ਦੇ ਆਪਸੀ ਤਾਣ ਖਿੱਚੋ ਤਾਣ ਜੋ ਹੋ ਰਿਹਾ, ਦੂਜੀਆਂ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਹੋ ਰਿਹਾ, ਪਰ ਸਾਨੂੰ ਗਰਾਊਂਡ ਰਿਐਲਿਟੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਮੇਰੇ ਏਰੀਏ ਦੇ ਵਿੱਚ ਰੇਹੜੀ ਯੂਨੀਅਨ ਨੂੰ ਬਿਨਾਂ ਕਿਸੇ ਕਾਰਨ ਤੋਂ ਉਠਾ ਦਿੱਤਾ ਜਾਂਦਾ, ਉਹਨਾਂ ਦੀਆਂ ਰੇਹੜੀਆਂ ਭੰਨ ਦਿੱਤੀਆਂ ਜਾਂਦੀਆਂ। ਰਾਤ ਨੂੰ 8:30-9 ਵਜੇ ਜਦੋਂ ਮੈਂ ਉਹਨਾਂ ਦੇ ਹੱਕ ਦੇ ਵਿੱਚ ਖੜੀ ਹੋ ਗਈ ਵੀ ਤੂੰ ਇਹਨਾਂ ਗਰੀਬਾਂ ਦਾ ਕਸੂਰ ਕੀ ਹੈ, ਪ੍ਰਸ਼ਾਸਨਿਕ ਕਿਸੇ ਵੀ ਅਧਾਰੀ ਨੂੰ, ਅਧਿਕਾਰੀ ਨੂੰ, ਨਾ ਈਓ ਨੂੰ, ਨਾ SDM ਨੂੰ, ਨਾ DC ਨੂੰ, ਕੁਛ ਨਹੀਂ ਪਤਾ ਵੀ ਰੇਹੜੀਆਂ ਕਿਉਂ ਭੰਨੀਆਂ ਜਾਣੀਆਂ, ਭੰਨੀਆਂ ਜਾ ਰਹੀਆਂ। ਇੱਕ ਵਟਸਐਪ 'ਤੇ ਇੱਕ ਵੀਡੀਓ ਕਾਲਿੰਗ ਦੇ ਜ਼ਰੀਏ ਇਹਦੀ ਰੇਹੜੀ ਤੋੜ ਦਈਏ ਓਕੇ, ਇਹਦੀ ਨਹੀਂ ਤੋੜਨੀ ਓਕੇ, ਉਹਦੇ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ, ਉਹ ਪਿੱਛੋਂ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ ਸੀ, ਉਹਨਾਂ ਦਾ ਕੋਈ ਸੁਪਰਡੈਂਟ ਕਹਿ ਲਓ ਕੁਛ ਕਹਿ ਲਓ ਓਕੇ। ਅਗਲੇ ਦਿਨ ਮੈਂ ਉਹਨਾਂ ਨੂੰ ਵਾਰਨਿੰਗ ਦਿੱਤੀ ਕਮੇਟੀ ਨੂੰ, ਮੈਂ ਕਿਹਾ ਵੀ ਇੱਦਾਂ ਦੇ ਮਸਲੇ ਨਾ ਭੜਕਾਓ ਜੀ, ਤੁਸੀਂ ਆਪਣਾ ਬੈਠ ਕੇ ਸੌਰਟ ਆਊਟ ਕਰ ਲਓ। ਉਹਨਾਂ ਨੇ ਆਪਣੇ ਲੈਵਲ ਤੇ ਮਾਫੀ ਮੰਗ ਲਈ, ਮਾਫੀ ਮੰਗਣ ਤੋਂ ਬਾਅਦ ਪਿਕ ਐਂਡ ਚੂਜ਼ ਕ੍ਰਾਈਟੇਰੀਆ ਰੱਖ ਲਿਆ ਵੀ ਤੇਰੀ ਪਸੰਦ ਠੀਕ ਹੈ, ਤੂੰ ਰੇਹੜੀ ਲਗਾ ਲਾ, ਪਰ ਮੈਂ ਇਹਨੂੰ ਨਹੀਂ ਲਾਉਣ ਦੇਣੀ, ਪਿਕ ਐਂਡ ਚੂਜ਼ ਮੈਨੂੰ ਨਹੀਂ ਸੀ ਪਸੰਦ, ਜਾਂ ਤਾਂ ਸਾਰੇ ਲਾਓ ਜਾਂ ਸਾਰੇ ਲਾਓ, ਕਿਉਂਕਿ ਉਹਨਾਂ ਦੀ ਸਮੱਸਿਆ ਇਹ ਸੀ ਵੀ ਮੈਨੂੰ ਜੇ ਤੂੰ ਮੈਨੂੰ ਫ੍ਰੀ ਸਬਜ਼ੀ ਦੇ ਸਕਦਾ ਤਾਂ ਤੇਰੀ ਰੇਹੜੀ ਓਕੇ ਆ, ਜੇ ਤੂੰ ਮੈਨੂੰ ਕੁਛ ਨਹੀਂ ਦੇ ਸਕਦਾ ਤਾਂ ਤੇਰੀ ਰੇਹੜੀ ਮੈਨੂੰ ਨਹੀਂ ਚੰਗੀ ਲੱਗਦੀ। ਅੱਛਾ, ਜਦੋਂ ਮੈਂ ਇਸ ਚੀਜ਼ ਦੀ ਨਗਰ ਕੌਂਸਲ ਦੇ ਵਿੱਚ ਗੱਲ ਕੀਤੀ, ਨਿਖੇਧੀ ਕੀਤੀ, ਮੈਂ ਕਿਹਾ ਵੀ ਤੁਸੀਂ ਰੇਹੜੀਆਂ ਉਠਾਉਣੀਆਂ ਸਟੇਟ ਵੈਂਡਿੰਗ ਐਕਟ ਦੇ ਅਨੁਸਾਰ, ਇਹਨਾਂ ਨੂੰ ਲਾਈਟ ਪਾਣੀ ਦਾ ਸਾਰਾ ਪ੍ਰਬੰਧ ਦੇ ਦਿਓ ਜੀ, ਤੁਸੀਂ ਓਕੇ ਹੈ ਦੇ ਕੇ ਪ੍ਰਬੰਧ ਤੇ ਇਹਨਾਂ ਨੂੰ ਉਠਾ ਦਿਓ, ਮੈਂ ਤੁਹਾਡੇ ਨਾਲ ਚੱਲ ਕੇ ਰੇਹੜੀਆਂ ਛੱਡ ਕੇ ਆਉਂਦੀ ਹਾਂ। ਜੇ ਤੁਹਾਡੇ ਕੋਲ ਫੈਸਿਲਿਟੀ ਨਹੀਂ ਹੈ ਪਰ ਮੈਂ ਅੱਜ ਤੋਂ ਬਾਅਦ ਇਹ ਨਹੀਂ ਕਰਨ ਦੇਣਾ ਵੀ ਆਹ ਰੇਹੜੀ ਢਾ ਦਿਓ ਆਹ ਰੱਖ ਲਓ, ਉਹ ਵੀ ਸੇਮ ਹੈ। ਇਹਨਾਂ ਨੇ ਨਗਰ ਕੌਂਸਲ ਨੇ ਮੇਰੇ ਅਗੇਂਸਟ ਇੱਕ ਸਪੈਸ਼ਲ ਮੀਟਿੰਗ ਬੁਲਾਈ, ਸਾਡੀ ਜਗਰਾਓਂ ਦੀ ਇੱਕ ਤ੍ਰਾਸਦੀ ਹੈ ਰਾਏਕੋਟ ਰੋਡ, ਜਿਹਦੇ 'ਤੇ ਮੈਂ ਧਰਨੇ ਲਾ ਚੁੱਕੀ ਹਾਂ 3-4 ਵਾਰੀ, ਜਿਹਦੇ 'ਤੇ ਮੈਂ ਵਾਰ ਵਾਰ ਕਹਿ ਰਹੀ ਹਾਂ ਵੀ ਰਾਏਕੋਟ ਰੋਡ ਬਣਾਓ, ਇੱਥੋਂ ਲੱਖਾਂ ਹਜ਼ਾਰਾਂ ਲੋਕਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਨੇ ਨਿਕਲਣਾ ਹੁੰਦਾ, ਉਹਦੇ ਲਈ ਕੋਈ ਮੀਟਿੰਗ ਨਹੀਂ, ਕੋਈ ਇੰਤਜ਼ਾਮ ਨਹੀਂ, ਜਿੱਥੇ ਕੋਈ ਪਾਣੀ ਅੜ ਜਾਂਦਾ ਜਾਂ ਗੰਦਗੀ ਆ ਉਹਦੇ ਲਈ ਕੋਈ ਇੰਤਜ਼ਾਮ ਨਹੀਂ। ਇਹ ਐਮਰਜੈਂਸੀ ਮੀਟਿੰਗ ਬੁਲਾ ਕੇ ਮੇਰੇ ਖਿਲਾਫ਼ ਮਤਾ ਪਾਇਆ ਗਿਆ ਰੇਹੜੀ ਵਾਲਿਆਂ ਨੂੰ ਉਕਸਾਉਣ ਲਈ, ਕਮੇਟੀ ਦੇ ਵਿਰੁੱਧ ਐਕਸ਼ਨ ਲੈਣ ਦੇ ਲਈ, ਵੀ ਮੈਂ ਕਮੇਟੀ ਦੇ ਕੰਮਾਂ ਦੇ ਵਿੱਚ ਵਿਘਨ ਪਾ ਰਹੀ ਹਾਂ। ਪੰਜਾਬ ਦੇ ਵਿੱਚ ਪਹਿਲੀ ਵਾਰ 70 ਸਾਲ ਤੋਂ ਬਾਅਦ, ਆਜ਼ਾਦੀ ਦੇ 72ਵੇਂ ਸਾਲ ਨੂੰ ਆਪਾਂ ਇੰਜੋਏ ਕਰਾਂਗੇ, ਇਹ ਤੋਂ ਬਾਅਦ ਆਪਾਂ ਦੇਖੋ ਪਹਿਲੀ ਵਾਰ ਮਤਾ ਪਿਆ ਕਿਸੇ MLA 'ਤੇ ਵੀ ਕਮੇਟੀ ਦੇ ਕੰਮਾਂ ਦੇ ਵਿੱਚ ਵਿਘਨ ਪਾਉਣ ਦਾ ਤੇ ਲੋਕਾਂ ਨੂੰ ਰੇਹੜੀ ਵਾਲਿਆਂ ਨੂੰ ਉਕਸਾਉਣ ਦਾ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ। ਮੈਨੂੰ ਇਹ ਲੱਗ ਰਿਹਾ ਕਿ ਚਲੋ ਤੁਹਾਨੂੰ ਲੱਗਦਾ ਕਿ ਟਾਰਗੇਟ ਪਹਿਲਾਂ ਤੋਂ ਕੀਤਾ ਜਾ ਰਿਹਾ ਸੀ ਲੋਅਰ ਲੈਵਲ ਦੇ ਉੱਪਰ, ਐਂਡ ਹੁਣ ਜਿੱਦਾਂ ਖਹਿਰਾ ਸਾਹਿਬ ਹੋ ਗਏ, ਮਾਨ ਸਾਹਿਬ ਹੋ ਗਏ ਜਾਂ ਫੂਲਕਾ ਸਾਹਿਬ ਹੋ ਗਏ, ਤੁਹਾਡੀ ਪਾਰਟੀ ਦੇ ਵੱਡੇ ਲੀਡਰਾਂ ਦੇ ਉੱਪਰ ਵੀ ਅੰਦਰ ਖਾਤੇ ਸਾਜਿਸ਼ਾਂ ਨੇ ਸਾਰਾ ਕੁਛ ਪਾੜ ਪਾਇਆ ਜਾ ਰਿਹਾ। ਪਰ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਪੁੱਛਣੀ ਚਾਹੁੰਦਾ, ਮੈਂ ਚਾਹੁੰਦਾ ਕਿ ਤੁਸੀਂ ਥੋੜ੍ਹੀ ਜਿਹੀ ਆਪਣੀ ਬੈਕਗ੍ਰਾਊਂਡ ਬਾਰੇ ਦੱਸੋ, ਕਿਉਂਕਿ ਮੇਰਾ ਖਿਆਲ ਬਹੁਤ ਸਾਰੇ ਦਰਸ਼ਕਾਂ ਨੂੰ ਸ਼ਾਇਦ ਇਹਦੇ ਬਾਰੇ ਨਹੀਂ ਪਤਾ ਹੋਣਾ ਕਿ ਸਰਬਜੀਤ ਕੌਰ ਮਾਣੂਕੇ ਆਮ ਆਦਮੀ ਪਾਰਟੀ ਦੇ MLA ਬਣਨ ਤੋਂ ਪਹਿਲਾਂ ਕੀ ਕਰਦੇ ਸੀ ਅਤੇ ਇਸ ਪਾਸੇ ਕਿਵੇਂ ਆ ਗਏ? ਮੈਂ MCOM MA ਇਕਨੋਮਿਕਸ ਮੇਰੀ ਕੁਆਲੀਫਿਕੇਸ਼ਨ, ਮੇਰੇ ਹਸਬੈਂਡ ਵੀ ਟੀਚਿੰਗ ਪ੍ਰੋਫੈਸ਼ਨ ਸੀ, ਮੇਰੇ ਫਾਦਰ ਟੀਚਰ, ਮੇਰੇ ਫੈਮਿਲੀ ਦੇ ਵਿੱਚ ਇਸੇ ਤਰ੍ਹਾਂ ਹੀ ਟੀਚਿੰਗ ਡਿਪਾਰਟਮੈਂਟ ਸਾਰੇ ਜ਼ਿਆਦਾ ਵਾ ਜੀ, ਕਿਸੇ ਤਰ੍ਹਾਂ ਦਾ 17 ਸਾਲ ਟੀਚਿੰਗ ਕੀਤੀ ਹੈ, ਇਕਨੋਮਿਕਸ ਹੀ ਪੜ੍ਹਾਈ ਹੈ ਬੱਚਿਆਂ ਨੂੰ, ਇਕੋਨਮੀ ਦੀ ਨੌਲੇਜ ਸੀ ਇੰਨੀ ਕੁ ਜੀ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪੋਲੀਟੀਕਲ ਐਂਬੀਸ਼ੀਅਸ ਹੈ ਹੀ ਨਹੀਂ ਸੀ ਮਨ 'ਚ, ਮੈਨੂੰ ਨਹੀਂ ਪਤਾ ਵੀ ਮੇਰੀ ਖਾਨਦਾਨ 'ਚ ਕੋਈ ਪੋਲੀਟਿਕਸ 'ਚ ਨਹੀਂ, ਕਿਸੇ ਨੇ ਕੋਈ ਪੰਚੀ ਵੀ ਨਹੀਂ ਲੜੀ ਕਦੇ ਜ਼ਿੰਦਗੀ 'ਚ ਜੇ ਮੈਂ ਕਹਾਂ। ਜਦੋਂ ਮੈਨੂੰ ਲੱਗਿਆ ਵੀ ਸਾਨੂੰ ਸਿਸਟਮ ਦੇ ਲਈ ਇੱਕ ਵਾਰ ਲੜਨਾ ਤਾਂ ਪੈਣਾ ਜੀ, ਮੈਨੂੰ ਕਿਸੇ ਬੰਦੇ ਨੇ, ਬੜੇ ਇੰਟਲੈਕਚੁਅਲ ਬੰਦੇ ਨਾਲ ਗੱਲ ਹੋ ਰਹੀ ਸੀ, ਕਹਿੰਦੇ ਵੀ ਜੇ ਰਾਜਨੀਤੀ, ਮੈਂ ਕਿਹਾ ਲੇਡੀਜ਼ ਵਾਸਤੇ ਸਭ ਤੋਂ ਗੰਦੀ ਚੀਜ਼ ਹੈ, ਉਹ ਤੁਸੀਂ ਦੇਖ ਹੀ ਲਿਆ ਜੋ ਹੁਣ ਤੱਕ ਤੁਹਾਡੇ ਨਾਲ ਵਾਪਰ ਹੋ ਰਿਹਾ। ਬਿਲਕੁਲ ਸਹੀ ਜੀ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਫਿਰ ਤਾਂ ਸ਼ਹੀਦ ਭਗਤ ਸਿੰਘ ਜੀ ਵੀ ਘਰੇ ਬੈਠ ਜਾਂਦੇ, ਫਿਰ ਤਾਂ ਕਰਤਾਰ ਸਿੰਘ ਸਰਾਭਾ ਜੀ ਇੰਨੀ ਪ੍ਰੋਪਰਟੀ ਦੇ ਮਾਲਕ ਸੀ ਉਹ ਵੀ ਘਰੇ ਬੈਠ ਜਾਂਦੇ, ਫਿਰ ਜੇ ਤੁਸੀਂ ਇਹਨਾਂ ਨੂੰ ਏਮ ਹੀ ਬਣਾ ਕੇ ਫੋਟੋ ਤੇ ਹਾਰ ਹੀ ਚੜਾਉਣੇ ਆ ਫਿਰ ਚੇਂਜ ਕੌਣ ਕਰੇਗਾ? ਅੱਛਾ ਜੀ, ਅੱਗੇ ਵਧੋ। ਅੱਛਾ, ਆਏ ਪੋਲੀਟੀਕਲੀ ਕੰਮ ਕਰਨਾ ਸ਼ੁਰੂ ਕੀਤਾ ਆਮ ਆਦਮੀ ਪਾਰਟੀ ਦਾ, ਟੀਚਿੰਗ ਡਿਪਾਰਟਮੈਂਟ ਦੇ ਹੋਣ ਦੇ ਨਾਤੇ ਜਿੰਨਾ ਕੁ ਮੈਂ ਕਰ ਸਕਦੀ ਸੀ ਜੋ ਮੇਰੀ ਪਾਰਟੀ ਨੇ ਡਿਊਟੀ ਲਾਈ ਉਹ ਮੈਂ ਕੀਤੀ ਜੀ। 2011 ਤੋਂ ਬਾਅਦ ਹੌਲੀ 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 ਅੱਗੇ ਵਧਣਾ ਸ਼ੁਰੂ ਕੀਤਾ।
ਜਿਵੇਂ ਵੀ ਲੱਗਿਆ ਮੈਨੂੰ। ਚਲੋ ਇੱਕ ਦਾ ਟਾਈਮ ਐਸਾ ਆ ਗਿਆ, ਲੋਕ ਕਹਿੰਦੇ ਆ ਵੀ ਇੱਥੇ ਪੈਸੇ ਵਾਲੇ ਲੋਕ ਆਏ ਆ। ਜਿਸ ਦਿਨ ਮੈਨੂੰ ਟਿਕਟ ਮਿਲੀ ਸੀ ਉਸ ਟਾਈਮ ਮੇਰਾ ਬੈਂਕ ਅਕਾਊਂਟ ਕੋਈ ਵੀ ਚੈੱਕ ਕਰ ਲਵੇ, PSB ਬੈਂਕ ਪੰਜਾਬ ਐਂਡ ਸਿੰਧ ਬੈਂਕ 279 ਅਕਾਊਂਟ ਆ, ਮੇਰੇ ਕੋਲ 50,000 ਰੁਪਈਆ ਵੀ ਨਹੀਂ ਸੀ ਜਮ੍ਹਾਂ। ਠੀਕ ਹੈ, ਬਾਅਦ ਚ ਲੋਕਾਂ ਨੇ ਅਰੇਂਜ ਕੀਤਾ ਜਿਹੜੇ ਮੇਰੇ ਆਲੇ ਦੁਆਲੇ ਦੇ ਸੀ। ਨਹੀਂ ਫਿਰ ਤੁਸੀਂ ਜਿਹੜਾ ਤੁਹਾਡੀ ਪਾਰਟੀ ਦੇ ਉੱਪਰ ਇਲਜ਼ਾਮ ਲੱਗਦਾ 2 ਕਰੋੜ ਰੁਪਈਆ ਟਿਕਟ ਦੇ ਵੇਚਣ ਦਾ, ਤੇ ਉਹ ਫਿਰ ਤੁਸੀਂ ਕਿੱਥੋਂ ਦਿੱਤਾ 2 ਕਰੋੜ? ਮੈਂ 2 ਕਰੋੜ ਦੀ ਗੱਲ ਕਰਦੇ ਹਾਂ, ਤੁਸੀਂ ਮੈਨੂੰ ਉਸ ਟਾਈਮ ਕੋਈ ਕਹਿੰਦਾ ਲੱਖ ਇਕੱਠਾ ਕਰ ਲਿਆ, ਮੇਰੇ ਤੋਂ ਨਹੀਂ ਹੋਣਾ ਸੀ। ਐਂਡ ਜੇ ਮੈਨੂੰ ਜਿਹੜੀ ਰਾਜਨੀਤੀ ਖਰੀਦ ਕੇ ਹੀ ਕਰਨੀ ਹੈ, ਉਹ ਰਾਜਨੀਤੀ ਦਾ ਕੀ ਫਾਇਦਾ? ਮੈਂ ਤਾਂ ਅੱਜ ਤੱਕ MLA ਬਣਨ ਤੋਂ ਬਾਅਦ ਵੀ ਕਿਸੇ ਕੋਈ ਮੇਰੇ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਮੈਨੂੰ ਕੋਈ ਕਹਿ ਦੇਵੇ ਵੀ ਸਰਬਜੀਤ ਨੇ ਮੇਰੇ ਤੋਂ ਫਲਾਨੀ ਜਗ੍ਹਾ 'ਤੇ ਕੰਮ ਕਰਨ ਦਾ 1 ਕੱਪ ਚਾਹ ਦਾ ਪੀਤਾ ਸੀ, ਮੈਨੂੰ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ। ਚਲੋ ਇਹ ਮੈਂ ਮੰਨਦਾ, ਚਲੋ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋਵੋਗੇ, ਟਾਰਗੇਟ ਵੀ ਕੀਤਾ ਜਾ ਰਿਹਾ। ਚਲੋ ਰਾਜਨੀਤੀ ਆ, ਰਾਜਨੀਤੀ ਉਹਨਾਂ ਨੇ ਖੇਡਣੀ ਆ, ਤੁਸੀਂ ਆਪਣੀ ਰਾਜਨੀਤੀ ਕਰ ਰਹੇ ਹੋ, ਅਗਲੇ ਆਪਣੀ ਕਰ ਰਹੇ ਆ। ਇੱਕ ਸਵਾਲ ਅੱਜ ਕੱਲ੍ਹ ਮੇਰਾ ਖਿਆਲ ਸੋਸ਼ਲ ਮੀਡੀਆ 'ਤੇ ਬੜਾ ਵਾਇਰਲ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਲੜਾਈ 'ਚ, ਬਾਕੀ MLA ਤਾਂ ਨਹੀਂ ਬੋਲ ਰਹੇ ਕਿਉਂਕਿ ਉਹਨਾਂ ਨੇ MLA ਬਣਨਾ ਸੀ, ਪੈਸੇ ਮਿਲਦੇ ਆ ਅਤੇ ਮੁੜ ਕੇ ਬਾਅਦ 'ਚ ਪੈਨਸ਼ਨ ਲੱਗ ਜਾਣੀ ਅਤੇ ਨਜ਼ਾਰੇ ਤੁਸੀਂ ਲੈ ਰਹੇ ਹੋ, ਇਹਦੇ 'ਤੇ ਤੁਹਾਡਾ ਕੀ ਪੱਖ? MLA ਦੀ ਤਨਖਾਹ 84,000 ਮਿਲਦੀ ਹੈ ਸਾਨੂੰ ਸਾਰੇ ਫੰਡਸ ਪਾ ਕੇ। ਅੱਛਾ ਜੀ, ਸਾਰੇ ਫੰਡਸ ਪਾ ਕੇ ਸਾਡੇ 84,000 ਸਾਡੇ ਅਕਾਊਂਟ 'ਚ ਆਉਂਦਾ। 84,000 ਦੇ ਵਿੱਚੋਂ 30,000 ਸਾਨੂੰ ਪੈਟਰੋਲ ਦਾ ਮਿਲਣਾ ਹੁੰਦਾ ਆਊਟ ਆਫ 84, ਜਿਹੜਾ ਸਾਲ ਸਾਲ ਹੋ ਗਿਆ ਸਾਡੇ ਅਕਾਊਂਟ 'ਚ ਵੀ ਨਹੀਂ ਆਇਆ। ਅੱਛਾ, ਤੇਲ ਦੇ ਪੈਸੇ ਨਹੀਂ ਆਏ? ਤੇਲ ਦੇ ਪੈਸੇ ਬਹੁਤ ਸਾਰੇ MLAs ਨੂੰ ਨਹੀਂ ਆਏ। ਠੀਕ ਹੈ, ਉਸ ਤੋਂ ਬਾਅਦ 30-40,000 ਦਾ ਸਾਡਾ ਪੈਟਰੋਲ ਜ਼ਰੂਰ ਲੱਗ ਜਾਂਦਾ ਕਿਉਂਕਿ ਅਸੀਂ ਲੋਕਾਂ ਦੇ ਜਾਣਾ ਹੁੰਦਾ ਆਉਣਾ ਹੁੰਦਾ, ਚੰਡੀਗੜ੍ਹ ਗਏ ਕਦੇ ਕਿਤੇ ਗਏ, ਲੱਗ ਕੇ ਸਾਡੇ ਕੋਲ ਰਹਿ ਗਿਆ। ਸਾਡੇ ਬੱਚੇ ਵੀ ਆ, ਸਾਡਾ ਘਰ ਵੀ ਹੈ ਜਿਹਨੂੰ ਅਸੀਂ ਐਡਜਸਟ ਵੀ ਕਰਦੇ ਹਾਂ ਇਹਦੇ ਵਿੱਚ। ਨਹੀਂ ਪਰ ਉਹ ਤੁਸੀਂ ਇੱਦਾਂ ਪਾਲਦੇ ਹੋ, ਹੁਣ ਤੱਕ ਲੋਕਾਂ ਨੂੰ ਤਾਂ ਇਹੀ ਲੱਗਦਾ ਵੀ ਜਿਹੜਾ ਬੰਦਾ ਲੀਡਰ ਬਣ ਗਿਆ ਉਹਦੇ ਨੈਣੇ ਤਾਂ ਲੋਕ ਪਾਲ ਦਿੰਦੇ, ਹਰ ਬੰਦਾ ਕੁਛ ਨਾ ਕੁਛ ਗਿਫਟ ਦੇ ਕੇ ਚਲੇ ਜਾਂਦਾ, ਕੋਈ ਕੁਛ ਕਰਦਾ। ਮੈਂ ਅੱਜ ਤੱਕ ਜਿੱਤਣ ਤੋਂ ਬਾਅਦ ਜੇ ਮੇਰੇ ਘਰ ਮਠਿਆਈ ਦਾ ਡੱਬਾ ਵੀ ਆਇਆ, ਮੈਂ ਉਹਨੂੰ ਜ਼ਰੂਰ ਕਹਿ ਦਿੰਦੀ ਹੁੰਦੀ ਹਾਂ ਵੀਰ ਆਪਦੇ ਬੱਚਿਆਂ ਨੂੰ ਖਵਾ ਲਾ, ਕਿਉਂਕਿ ਆਪਣੇ ਕੋਲ ਉਹਨਾਂ ਆਮ ਆਦਮੀ ਪਾਰਟੀ ਕੋਲ ਉਹਨਾਂ ਲੋਕਾਂ ਨੇ ਆਉਣਾ ਜਿਹਨਾਂ ਕੋਲ ਰਿਕਸ਼ੇ ਦੇ ਵੀ ਪੈਸੇ ਹੈ ਨਹੀਂ। ਅਸੀਂ ਉਹਨਾਂ ਦੇ ਲੀਡਰ ਹੈ ਜਿਹੜੇ ਵਿਚਾਰੇ ਤੁਰਦੇ ਹਾਰੇ ਥੱਕੇ ਹਾਰੇ, ਜਿਨ੍ਹਾਂ ਨੇ ਪੈਰ 'ਚ ਚੱਪਲ ਨਹੀਂ, ਸਾਨੂੰ ਉਹਨਾਂ ਨੇ ਫੜਨਾ। ਸਾਡੇ ਕੋਲ ਕਿਸੇ ਵੱਡੇ ਵੱਡੇ ਬੰਦਿਆਂ ਨੇ ਗਿਫਟਸ ਵਾਲਿਆਂ ਨੇ ਨਹੀਂ ਆਉਣਾ। ਕਿਉਂ ਨਹੀਂ ਆਉਣਾ? ਕਿਉਂਕਿ ਅਸੀਂ ਜੇ ਕਿਸੇ ਦੇ ਹਿੱਸਾ ਪਵਾਵਾਂਗੇ ਉਹਨੂੰ ਤਾਂ ਹੀ ਮੇਰੇ ਤੋਂ ਕੋਈ ਆਸ ਹੋਊ। ਜਦੋਂ ਮੈਂ ਇਹਨਾਂ ਚੀਜ਼ਾਂ ਦੇ ਸਖ਼ਤ ਖਿਲਾਫ਼ ਹਾਂ ਤਾਂ ਅਗਲਾ ਮੇਰੇ ਘਰ ਕੀ ਕਰਨਾ ਹੈਗਾ, ਅਸੀਂ ਕਿੱਥੋਂ ਆਏਗਾ? ਦੂਸਰੀ ਗੱਲ ਰਹਿ ਗਈ ਬਈ ਅਸੀਂ ਪੈਨਸ਼ਨ ਲੈਣ ਲਈ ਆਏ ਹਾਂ ਸੋਸਾਇਟੀ ਦੇ ਵਿੱਚ, ਪੈਨਸ਼ਨ ਤਾਂ ਮੈਨੂੰ ਟੀਚਿੰਗ ਜੋਬ 'ਚ ਵੀ ਮਿਲ ਜਾਣੀ ਸੀ, ਮੇਰੇ ਹਸਬੈਂਡ ਨੂੰ ਵੀ ਮਿਲ ਜਾਣੀ ਸੀ। ਤੁਹਾਡੇ ਹਸਬੈਂਡ ਵੀ ਮੇਰੇ ਖਿਆਲ ਨੌਕਰੀ ਕਰਦੇ ਸੀ, ਉਹਨਾਂ ਦੀ ਵੀ ਨੌਕਰੀ ਛੁੱਟ ਗਈ ਇਸੇ ਕਰਕੇ? ਮੇਰੇ ਹਸਬੈਂਡ ਪ੍ਰੋਫੈਸਰ ਸੀ ਜੀ, ਉਹਨਾਂ ਦੀ ਨੌਕਰੀ ਇਸ ਕਰਕੇ ਛੁੱਟੀ ਕਿ ਜਦੋਂ ਮੇਰਾ ਐਕਸੀਡੈਂਟ ਹੋਇਆ, ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਮੇਰੇ ਦੇ ਨਾਲ ਹਸਪੀਟਲ ਜਾਣਾ ਪੈ ਗਿਆ, ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਡਿਊਟੀ ਲਾਈ ਸੀ ਅਤੇ ਉਹਨਾਂ ਨੂੰ ਬਾਹਰ ਹਰ ਜਗ੍ਹਾ 'ਤੇ ਉਹਨਾਂ ਨੂੰ ਮੇਰੇ ਨਾਲ ਫੋਟੋ ਵੀ ਹੋ ਗਈ, ਉਹਨਾਂ ਦੀ ਲੋਕਾਂ ਨੇ ਜਿਹਨਾਂ ਨੇ ਦੂਸਰੀ ਪਾਰਟੀਜ਼ ਨੇ ਟਾਰਗੇਟ ਤਾਂ ਕਰਨਾ ਹੀ ਸੀ, ਉਹਨਾਂ ਨੂੰ ਬਾਰ ਬਾਰ ਇਨਕੁਆਇਰੀ ਚਾਰਜਸ਼ੀਟ ਦੇ ਵਿੱਚੋਂ ਫਿਰ ਸਾਨੂੰ ਰਿਜ਼ਾਈਨ ਕਰਨਾ ਪਿਆ। ਨੌਕਰੀ ਛੱਡਣੀ ਪੈ ਗਈ? ਨੌਕਰੀ ਛੱਡਣੀ ਪੈ ਗਈ ਸਾਨੂੰ। ਅੱਛਾ, ਇਹ ਹੁਣ ਜਾ ਕੇ ਜੋ ਕੁਛ ਇਸ ਵਕਤ ਆ, ਪਿਛਲੇ ਦਿਨਾਂ 'ਚ ਮੇਰਾ ਖਿਆਲ ਤੁਸੀਂ ਮਾਨਸਿਕ ਤੌਰ 'ਤੇ ਵੀ ਹੰਡਾਇਆ ਜਾਂ ਕਹਿ ਲਓ ਕਿ ਵੀ ਇਸ ਵਕਤ ਜੋ ਵੀ ਵਾਪਰ ਰਿਹਾ ਪਾਰਟੀ ਲੈਵਲ ਦੇ ਉੱਪਰ ਵੀ, ਕਿਤੇ ਇਹ ਨਹੀਂ ਲੱਗਦਾ ਕਿ ਵੀ ਸਰਬਜੀਤ ਕੌਰ ਇਹ ਕਿਹੜੇ ਕੰਮ 'ਚ ਆ ਗਈ? ਉਹ ਵਧੀਆ ਸੀਗਾ ਕੰਮ ਟੀਚਿੰਗ ਵਾਲਾ, ਮਹਿਸੂਸ ਹੁੰਦਾ ਸਰਬਜੀਤ ਕਿਉਂਕਿ ਪੰਜਾਬੀ ਜੋ ਕੁਛ ਇਸ ਵਕਤ ਕਰ ਰਹੇ ਨੇ ਤੁਹਾਡੇ ਨਾਲ ਜਾਂ ਤੁਹਾਡੀ ਪਾਰਟੀ ਨਾਲ ਉੱਤੋਂ? ਦੇਖੋ ਜੀ, ਜਦੋਂ ਤੁਸੀਂ ਰਸਤੇ ਨਵੇਂ ਕੱਢਣੇ ਆ ਉਹ ਕੰਡੇ ਵਾਲੇ ਤਾਂ ਹੋਣਗੇ, ਜਿੱਦੀ ਬੰਦਾ ਇੱਥੇ ਚੱਲੇਗਾ, ਜਿੱਦੀ ਬੰਦਾ ਚੱਲ ਕੇ ਆਪਦੀ ਮੰਜ਼ਿਲ ਤੱਕ ਵੀ ਪਹੁੰਚੇਗਾ। ਸਾਡੀ ਕੋਈ ਮੰਜ਼ਿਲ ਇਹ ਤਾਂ ਹੈ ਹੀ ਨਹੀਂ ਵੀ ਮੈਂ ਆਪਣੇ ਬੇਟੇ ਨੂੰ ਕਿਤੇ ਬਿਜ਼ਨਸ ਖੋਲਦਾ ਜਾਂ ਮੈਂ ਆਪਣੀ ਬੇਟੀ ਸੈਟਲ ਕਰਦਾ। ਮੇਰਾ ਬੱਚਾ 1 10th 'ਚ ਪੜ੍ਹਦਾ, 1 8th 'ਚ ਪੜ੍ਹਦਾ, ਅੱਜ ਵੀ ਉਹ ਸਾਈਕਲ 'ਤੇ ਟਿਊਸ਼ਨ ਪੜ੍ਹਨ ਜਾਂਦੇ ਆ, ਜਗਰਾਉਂ ਦੇ ਵਿੱਚ ਤੁਸੀਂ ਕਿਤੇ ਵੀ ਦੇਖ ਲਓ ਜਾਂਦੇ ਫਿਰਦੇ, ਸਾਈਕਲ 'ਤੇ ਜਾਂਦੇ ਆ, ਕੋਈ ਚੱਕਰ ਨਹੀਂ। ਸਰਕਾਰੀ ਗੱਡੀਆਂ ਮੇਰੇ ਬੱਚਿਆਂ ਵਾਸਤੇ ਨਹੀਂ ਹੈ ਕਿਉਂਕਿ ਸਾਡੇ ਕੋਲ ਗੱਡੀ ਕੋਈ ਦੂਜੀ ਹੈ ਹੀ ਨਹੀਂ ਘਰ 'ਚ ਮੇਰੇ ਤਾਂ। ਠੀਕ ਹੈ, ਅੱਜ ਵੀ ਮੈਂ ਸਰਬਜੀਤ ਕੌਰ ਮਾਣੂ ਕੇ ਇੱਕ ਰੈਂਟਡ ਪੋਰਸ਼ਨ 'ਤੇ ਹੀ ਰਹਿ ਰਹੀ ਹਾਂ, ਮੈਨੂੰ ਕੋਈ ਇਸ ਚੀਜ਼ 'ਚ ਦੋ ਰਾਏ ਨਹੀਂ, ਨਾ ਹੀ ਮੈਨੂੰ ਕੋਈ ਸ਼ਰਮ ਆਉਂਦੀ ਹੈ। ਜਿੰਨੀ ਕੁ ਪਰਮਾਤਮਾ ਨੇ ਮੈਨੂੰ ਡਿਊਟੀ ਦਿੱਤੀ ਹੈ ਉਹਨੂੰ ਆਪਾਂ ਇਮਾਨਦਾਰੀ ਨਾਲ ਨਿਭਾਉਣਾ। ਸਾਡੇ ਬੜੇ ਸਾਰੇ ਐਸੇ ਲੋਕ ਹੈ ਜਿਹੜੇ ਸਾਡੇ ਤੋਂ ਇੱਕ ਆਸ ਰੱਖ ਕੇ ਬੈਠੇ ਆ, ਸਿਰਫ ਤੇ ਸਿਰਫ ਵੀ ਇਹ ਉੱਠਣ 'ਤੇ ਅਸੀਂ ਕੁਛ ਕਰੀਏ, ਅਸੀਂ ਉਹਨਾਂ ਦੇ ਆਸ ਨੂੰ ਵੀ ਫੜ ਲਾਉਣੇ। ਬਿਲਕੁਲ, ਅਸੀਂ ਆਪਣੇ ਹਿੱਤ ਲਈ ਆਏ ਹੁੰਦੇ ਤਾਂ ਟੀਚਿੰਗ ਜੋਬ ਬੜੀ ਬੈਸਟ ਜੋਬ ਸੀ। ਜੇ ਮੈਂ ਫੋਰਨ ਮੇਰਾ ਕੋਈ ਏਮ ਹੁੰਦਾ ਘੁੰਮਣਾ ਤਾਂ ਮੈਂ ਤਾਂ ਆਰਾਮ ਨਾਲ ਕਿਤੇ ਸੈਟਲ ਹੋ ਸਕਦੀ ਸੀ, ਫੋਰਨ 'ਚ ਕਿਸੇ ਤਰ੍ਹਾਂ ਵੀ ਸੈਟਲ ਹੋ ਸਕਦੀ ਸੀ। ਟੀਚਿੰਗ ਅਸੀਂ ਦੋਨੇ ਜਣੇ ਕਰਦੇ ਸੀ, ਇਦੋਂ ਤਾਂ ਵੱਧ ਹੀ ਕਮਾ ਲੈਂਦੇ ਸੀ, ਇਸ ਤੋਂ ਵੱਧ ਕਮਾ ਲੈਂਦੇ ਸੀ, ਪੈਨਸ਼ਨ ਸਾਨੂੰ ਉੱਥੋਂ ਵੀ ਮਿਲ ਜਾਣੀ ਸੀ।
ਪਰ ਹੁਣ ਜਿਹੜਾ ਰਸਤਾ ਚੁਣ ਲਿਆ ਇਹਦੇ 'ਚੋਂ ਠੀਕ ਹੈ ਸਾਡਾ ਅੱਗੇ ਅਸੀਂ ਪੋਲੀਟੀ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਵੀ ਤੁਹਾਡੇ ਵਰਗਾ ਬੰਦਾ ਇਸ ਪਾਰਟੀ 'ਚ ਸੈੱਟ ਨਹੀਂ ਬੈਠਦਾ ਦੂਜੀ ਪਾਰਟੀ 'ਚ ਤੁਹਾਨੂੰ ਜ਼ਿਆਦਾ ਐਕਸਟ੍ਰੀਮ ਮਿਲ ਸਕਦੀ ਹੈ ਮੈਂ ਕਿਹਾ ਵੀਰ ਜਿੰਨੀ ਕੁ ਮੈਨੂੰ ਪੈਨਸ਼ਨ ਮਿਲਣੀ ਉਹਦੇ 'ਚ ਵੀ ਲੋਕ ਸੇਵਾ ਹੋ ਜਾਣੀ ਹੈ ਅਤੇ ਵਧੀਆ ਹੋ ਜਾਣੀ ਹੈ ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਪ੍ਰਾਈਮ ਫੋਕਸ ਪ੍ਰਾਈਮ ਏਸ਼ੀਆ ਟੀ ਵੀ ਦੇ ਉੱਪਰ ਅਤੇ ਆਮ ਆਦਮੀ ਪਾਰਟੀ ਦਾ ਜੋ ਇਸ ਵਕਤ ਕਹਿ ਲਓ ਕਿ ਵੀ ਖਲਾਰਾ ਪਿਆ ਹੋਇਆ ਉਸ ਖਲਾਰੇ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਮ ਤੌਰ 'ਤੇ ਨਹੀਂ ਸਾਹਮਣੇ ਆ ਰਹੀਆਂ ਕਿਉਂਕਿ ਜਦੋਂ ਆਪਾਂ ਖਬਰਾਂ ਦੇ ਵਿੱਚੋਂ ਪੜ੍ਹਦੇ ਸੁਣਦੇ ਹਾਂ ਤਾਂ ਹਮੇਸ਼ਾ ਚਸਕੇ ਵਾਲੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਉਭਾਰਿਆ ਜਾਂਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਪਿਛੋਕੜ ਕੀ ਹੈ ਜਾਂ ਚੱਲ ਕੀ ਰਿਹਾ ਉਹ ਨਹੀਂ ਸਾਹਮਣੇ ਲਿਆਂਦਾ ਜਾਂਦਾ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਆਪਾਂ ਹਰੇਕ ਐਂਗਲ ਨੂੰ ਆਪ ਜੀ ਦੇ ਸਨਮੁੱਖ ਰੱਖ ਦਈਏ ਕਿਉਂਕਿ ਫੈਸਲਾ ਲੋਕਾਂ ਨੇ ਕਰਨਾ ਜਿਵੇਂ ਕਿ ਮੇਰਾ ਖਿਆਲ ਇਹਨਾਂ ਦੀ ਪਾਰਟੀ ਦੇ ਲੀਡਰ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਕਿ ਵੀ ਲੋਕ ਵੱਡੀ ਪਾਵਰ ਹੁੰਦੇ ਨੇ ਅਤੇ ਜਿਹੜੇ ਲੋਕ ਨੇ ਉਹ ਸਰਵਉੱਚ ਨੇ ਸੋ ਮੇਰੇ ਖਿਆਲ ਨਾਲ ਲੋਕਾਂ ਦੇ ਸਾਹਮਣੇ ਹਰ ਪੱਖ ਆਉਣਾ ਚਾਹੀਦਾ ਹਰ ਐਂਗਲ ਆਉਣਾ ਚਾਹੀਦਾ ਕਿ ਵੀ ਅੰਦਰ ਖਾਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਵੀ ਜਿਹੜੇ ਵਿਰੋਧੀ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਨਾ ਬੰਦ ਕਰ ਦਿੱਤਾ ਹੋਊਗਾ ਅਤੇ ਦੂਸਰੀ ਗੱਲ ਇਹ ਵੀ ਨਾ ਸਮਝ ਲਿਆ ਜਾਵੇ ਕਿ ਵੀ ਮੈਂ ਇਸ ਵਕਤ ਆਮ ਆਦਮੀ ਪਾਰਟੀ ਦੀ ਤਾਰੀਫ ਕਰ ਰਿਹਾ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਬੜੇ ਟੇਢੇ ਜਿਹੇ ਸਵਾਲ ਵੀ ਪੁੱਛਣੇ ਆ ਮੈਂ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਜ਼ਰੂਰ ਦੱਸਣਾ ਚਾਹਾਂਗਾ ਹਾਂ ਦੱਸੋ ਦੱਸੋ ਪਹਿਲਾਂ ਤੁਸੀਂ ਆਪਣੀ ਗੱਲ ਹਾਂ ਜਦੋਂ ਮੈਨੂੰ ਟਿਕਟ ਮਿਲੀ ਉਹਦੇ ਵਿੱਚ ਇੱਕ ਬੜਾ ਵੱਡਾ ਮੈਨੂੰ ਟ੍ਰੈਜਿਕ ਫੈਕਟਰ ਮੇਰੇ ਲਈ ਸਾਹਮਣੇ ਆਇਆ ਮੇਰੀ ਮਾਣੂਕਿਆਂ ਦੀ ਬਰਥ ਪਲੇਸ ਹੈ ਮੇਰੇ ਫਾਦਰ ਵੀ ਉੱਥੇ ਰਹੇ ਮੈਂ ਪ੍ਰਾਇਮਰੀ ਸਕੂਲ ਉੱਥੇ ਮਾਣੂਕੇ ਪੜ੍ਹੀ ਹਾਂ ਪੇਕਾ ਪਿੰਡ ਤੁਹਾਡਾ ਪੇਕਾ ਪਿੰਡ ਮੇਰਾ ਮਾਣੂਕਿਆ ਪਿੰਡ ਲੱਖੇ ਕੋਲੇ ਮਾਣੂਕਾ ਬਹੁਤ ਅੱਛਾ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਉੱਥੋਂ ਦੇ ਕੁਛ ਲੋਕਾਂ ਨੇ ਕੁਛ ਮੁੰਡਿਆਂ ਨੇ ਚਾਰ ਪੰਜ ਨੇ ਮੇਰਾ ਵਿਰੋਧ ਕੀਤਾ ਅਸ਼ੋਕ ਅਦਲੀ ਵੀ ਸਾਡੇ ਪਿੰਡ ਦੀ ਨਹੀਂ ਹੈ ਵੀ ਇਸ ਹਲਕੇ 'ਚ ਨਹੀਂ ਆਉਂਦੇ ਇਸ ਮੈਂ ਮਾਣੂਕਿਆਂ ਦੀ ਨਹੀਂ ਤੀ ਮੈਂ ਧੀ ਹਾਂ ਮਾਣੂਕਿਆਂ ਦੀ ਮੇਰੀ ਮੈਰਿਜ ਹੋ ਗਈ ਮੇਰੀ ਮੈਰਿਜ ਹੋ ਗਈ ਪਿੰਡ ਬੀਲੇ ਗਿੱਲ 'ਚ ਆ ਗਿਆ ਅੱਛਾ ਉਹ ਹਲਕਾ ਗਿੱਲ ਪੈ ਗਿਆ ਉਹ ਹਲਕਾ ਗਿੱਲ ਮੇਰੀ ਮੈਰਿਜ ਪਰ ਮੈਂ ਪੇਕਿਆਂ ਦੀ ਕੁੜੀ ਤਾਂ ਹੈ ਮਾਨ ਸਾਹਿਬ ਕੋਲੇ ਚਲੇ ਗਏ ਸਾਰੇ ਜਣੇ ਇਕੱਠੇ ਹੋ ਕੇ ਅੱਛਾ ਜੀ ਬਈ ਇਹ ਕੁੜੀ ਦੇ ਸਾਡੇ ਪਿੰਡ ਦੀ ਹੈ ਹੀ ਨਹੀਂ ਤੁਸੀਂ ਕਿਵੇਂ ਕਹਿੰਦੇ ਬਾਹਰਲੇ ਨੂੰ ਟਿਕਟ ਦੇਤੀ ਬਾਹਰਲੇ ਨੂੰ ਟਿਕਟ ਦੇਤੀ ਪੈਰਾਸ਼ੂਟ ਕੈਂਡੀਡੇਟ ਅੱਛਾ ਪੈਰਾਸ਼ੂਟ ਕੈਂਡੀਡੇਟ ਆ ਠੀਕ ਹੈ ਮਾਨ ਸਾਹਿਬ ਕਹਿੰਦੇ ਉਹ ਤੁਹਾਡਾ ਬਰਥ ਪਲੇਸ ਆ ਉਸ ਕੁੜੀ ਦਾ ਤੁਹਾਡੇ ਪਿੰਡ ਦਾ ਬਈ ਜੇ ਬਰਥ ਪਲੇਸ ਨਹੀਂ ਹੈ ਪ੍ਰਾਇਮਰੀ ਸਕੂਲ 'ਚ ਨਹੀਂ ਪੜ੍ਹੀ ਉੱਥੋਂ ਦੇ ਨਹੀਂ ਸੈਕੰਡਰੀ ਉੱਥੋਂ ਦੇ ਉਹਦੇ ਫਾਦਰ ਨਹੀਂ ਜਾਣਦੇ ਨਾਮ ਨਹੀਂ ਨਾਮ ਤਾਂ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਐਫੀਡੈਵਿਟ ਦੇ ਦਿਓ ਕਹਿੰਦੇ ਨਹੀਂ ਜੀ ਉਹਨਾਂ ਦੀ ਤਾਂ 20 ਸਾਲ ਹੋ ਗਏ ਉਹਨਾਂ ਦੀ 15-20 ਸਾਲ ਹੋ ਗਏ ਮੈਰਿਜ ਹੋ ਗਈ ਅੱਛਾ ਜੀ ਅਤੇ ਫਿਰ ਉਹਨਾਂ ਨੇ ਗਿੱਲ ਵਾਲਿਆਂ ਨੂੰ ਬੁਲਾਇਆ ਵੀ ਆਪਾਂ ਕੋਸ਼ਿਸ਼ ਕਰੀਏ ਵੀ ਤੁਹਾਡੇ ਏਰੀਏ 'ਚ ਕੁੜੀ ਦੇਖ ਲਈ ਕਹਿੰਦੇ ਜੀ ਕਾਹਦੀ ਇਹਦਾ ਤਾਂ ਇੱਥੇ ਸਹੁਰਾ ਪਿੰਡ ਆ ਅੱਛਾ ਜੀ ਇਹ ਤਾਂ ਡਿਜ਼ਰਵ ਹੀ ਨਹੀਂ ਕਰਦੀ ਇੱਥੋਂ ਗੁਰਦਾਸ ਮਾਨ ਜੀ ਠੀਕ ਕਹਿੰਦੇ ਹੁੰਦੇ ਸੀ ਵੀ ਨਾ ਮੈਂ ਪੇਕਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ ਮਤਲਬ ਇਹ ਤੁਹਾਡੀ ਟਿਕਟ ਵੇਲੇ ਤੁਹਾਡੇ ਨਾਲ ਵਾਪਰਿਆ ਇਹ ਮੇਰੇ ਨਾਲ ਵਾਪਰਿਆ ਮੈਨੂੰ ਜਦੋਂ ਪਤਾ ਲੱਗਿਆ ਆਈ ਵਾਸ ਸਰਪ੍ਰਾਈਜ਼ ਬਈ ਇੱਕ ਲੜਕੀ ਨੂੰ ਸਮਾਜ ਦੇ ਕੁਛ ਨੁਮਾਇੰਦੇ ਪੇਕਿਆਂ ਤੋਂ ਮੰਨਣ ਤੋਂ ਵੀ ਇਨਕੁਆਇਰੀ ਹੈ ਤੇ ਉਹ ਸਹੁਰਿਆਂ ਦੀ ਵੀ ਨਹੀਂ ਚਲੋ ਇਹ ਨਾ ਇਹ ਇਮੋਸ਼ਨਲ ਗੱਲਾਂ ਨੇ ਕਿਤੇ ਐਂ ਨਾ ਸਮਝ ਲਿਆ ਜਾਵੇ ਵੀ ਆਪਾਂ ਇੱਥੇ ਇਮੋਸ਼ਨਲ ਕਹਾਣੀ ਪਾ ਰਹੇ ਹਾਂ ਆਪਾਂ ਇਹਨਾਂ ਨੂੰ ਹੁਣ ਸਖ਼ਤ ਸਵਾਲ ਕਰਦੇ ਹਾਂ ਗੱਲ ਇਹ ਆ ਜੀ ਕਿ ਦੋਸ਼ ਲੱਗਦਾ ਤੁਹਾਡੇ ਲੀਡਰ ਭਗਵੰਤ ਮਾਨ ਹੋਰਾਂ ਦੇ ਉੱਪਰ ਕਿ ਵੀ ਉਹਨਾਂ ਨੇ ਬਣਨਾ ਸੀ ਮੁੱਖ ਮੰਤਰੀ ਅਤੇ ਉਸ ਬੰਦੇ ਨੇ ਆਪਣੇ ਮੁੱਖ ਮੰਤਰੀ ਦੀ ਚਾਹਤ ਦਾ ਕਰਕੇ ਬਾਕੀ ਸਾਰੇ ਲੀਡਰ ਖੂੰਜੇ ਲਾ ਤੇ ਅਤੇ ਇਸ ਵਕਤ ਲੜਾਈ ਦਾ ਮੁੱਖ ਕਾਰਨ ਸਰਦਾਰ ਭਗਵੰਤ ਸਿੰਘ ਮਾਨ ਹੈ ਤੁਸੀਂ ਕੀ ਕਹਿੰਦੇ ਸਾਨੂੰ ਪੰਜਾਬ ਦੇ ਵਿੱਚ ਲੜਨਾ ਅਤੇ ਬੋਲਣਾ ਇੱਕੋ ਬੰਦੇ ਨੇ ਸਿਖਾਇਆ ਉਹ ਭਗਵੰਤ ਸਿੰਘ ਮਾਨ ਹੈ ਉਹਨੇ ਸਾਨੂੰ ਸਿਖਾਇਆ ਵੀ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਕੈਪਟਨ ਰਾਜਾ ਅਮਰਿੰਦਰ ਸਿੰਘ ਕੋਈ ਖਾਸ ਵੱਡੀ ਗੱਲ ਨਹੀਂ ਤੁਸੀਂ ਜੇ ਹਿੰਮਤ ਰੱਖਦੇ ਹੋ ਤਾਂ ਜੇ ਗੜਕ ਹੈ ਤਾਂ ਤੁਸੀਂ ਇਹਨਾਂ ਨੂੰ ਚੈਲੰਜ ਕਰ ਸਕਦੇ ਹੋ ਅੰਬੀਸ਼ੀਅਸ ਅਤੇ ਅਪਰਚੁਨਿਸਟ ਹਰ ਬੰਦਾ ਹੁੰਦਾ ਉਹ ਵੀ ਹੋਏਗਾ ਠੀਕ ਹੈ ਪਰ ਮੈਂ ਇੱਕ ਗੱਲ ਜ਼ਰੂਰ ਹੈਰਾਨ ਨਹੀਂ ਹੁੰਦੀ ਇਸ ਗੱਲ ਤੋਂ ਬਾਅਦ ਮਾਨ ਸਾਹਿਬ ਜੇ ਪੋਲੀਟੀਕਲ ਅੰਬੀਸ਼ੀਅਸ ਹੁੰਦੇ ਉਹਨਾਂ ਨੇ ਸਭ ਤੋਂ ਪਹਿਲਾਂ ਫੋਕਸ ਜਲਾਲਾਬਾਦ 'ਤੇ ਕਰਨਾ ਸੀ ਜਿੱਥੋਂ ਉਹਨਾਂ ਨੇ ਮਤਲਬ ਸੀਟ ਲੜੀ ਸੀ ਉਹਨਾਂ ਨੂੰ ਇਹ ਤਾਂ ਪਤਾ ਸੀ ਨਾ ਜਿਸ ਤਰ੍ਹਾਂ ਸਾਡੇ ਬਾਕੀ ਲੀਡਰ ਸੀ ਸਾਰੇ ਹੀ ਈਵਨ ਮੈਂ ਵੀ ਜੀ ਜੀ ਅਸੀਂ ਆਪਦੀ ਇਲੈਕਸ਼ਨ ਦੇ ਟਾਈਮ ਦੇ ਵਿੱਚ ਕਿਸੇ ਨੇ ਦੂਜੇ ਦੇ ਹਲਕੇ ਦੇ ਵਿੱਚ ਜਾ ਕੇ ਦੇਖਿਆ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਇੱਕ ਵੀ ਮੀਟਿੰਗ ਉੱਥੇ ਕਰ ਲਈਏ ਜੀ ਠੀਕ ਹੈ ਮਾਨ ਸਾਹਿਬ ਨੂੰ ਪਤਾ ਸੀ ਮੈਂ ਸੀਐਮ ਬਣਨਾ ਠੀਕ ਹੈ ਉਹ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਮੈਂ ਐਮਐਲਏ ਤਾਂ ਬਣ ਜਾ ਅੱਛਾ ਉਹ ਜਲਾਲਾਬਾਦ 'ਚ ਆਉਂਦੇ ਉਹ ਕਦੇ ਸਰਬਜੀਤ ਦੇ 9 ਵਜੇ ਰੈਲੀ ਕਰਕੇ ਜਾ ਰਹੇ ਆ ਕਦੇ ਪਿਰਮਲ ਦੇ ਕਰ ਰਹੇ ਆ ਕਦੇ ਜੱਗੇ ਦੇ ਕਰ ਰਹੇ ਆ ਕਦੇ ਮਨਜੀਤ ਸਿੰਘ ਬਿਲਾਸਪੁਰ ਦੇ ਕਰ ਰਹੇ ਆ 117 ਹਲਕਿਆਂ ਦੇ ਵਿੱਚੋਂ ਕਿਹੜਾ ਹਲਕਾ ਈਵਨ ਸਾਡੇ ਖਹਿਰਾ ਸਾਹਿਬ ਬੜੇ ਮੇਰੇ ਵੀ ਰੈਲੀ ਕਰਕੇ ਗਏ ਆ ਉਹਨਾਂ ਦੇ ਹਲਕੇ ਦੇ ਵਿੱਚ ਵੀ ਮਾਨ ਸਾਹਿਬ ਨੇ 3 ਰੈਲੀਆਂ ਕੀਤੀਆਂ ਕਮਰ ਸੰਧੂ ਜੀ ਨੇ ਕੀਤੀਆਂ ਰੈਲੀਆਂ ਤੇ ਮਾਨ ਸਾਹਿਬ ਨੂੰ ਇਹ ਤਾਂ ਪਤਾ ਸੀ ਨਾ ਵੀ ਸਰਕਾਰ ਤਾਂ ਆ ਜਾਣੀ ਹੈ
ਸੀਐਮ ਮੈਂ ਬਣਨਾ ਹੀ ਬਣਨਾ ਜਿਵੇਂ ਲੋਕ ਕਹਿੰਦੇ ਆ ਜੀ ਜੀ ਵੀ ਮੈਂ ਇੱਕ ਛਾਤਰ ਚਾਲਾਂ ਵੀ ਚੱਲ ਰਿਹਾ ਸੀਐਮ ਬਣਨ ਦੇ ਲਈ ਪਰ ਮੈਂ ਪਹਿਲਾਂ ਐਮਐਲਏ ਤਾਂ ਜਿੱਤ ਲਾਂ ਅੱਛਾ ਜੀ ਜਾਂ ਤਾਂ ਪਾਲ ਸਾਹਿਬ ਦੀ ਮੈਚਿਓਰਟੀ ਨਹੀਂ ਸੀ ਇੰਨੇ ਲੈਵਲ ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਮੈਨੂੰ ਐਮਐਲਏ ਵੀ ਜਿੱਤਣਾ ਪੈਣਾ ਅੱਛਾ ਜੀ ਆਪਾਂ ਇਹ ਕਹਿ ਲਈਏ ਪਰ ਹੁਣ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਬਈ ਉਹ ਬੰਦਾ ਸੀਐਮ ਵੀ ਬਣਨਾ ਚਾਹੁੰਦਾ ਸੀ ਉਹਨੇ ਆਪਦੇ ਹਲਕੇ ਤੇ ਵੀ ਧਿਆਨ ਨਹੀਂ ਦਿੱਤਾ ਐਮਐਲਏ ਬਣਨ ਦੇ ਲਈ ਉਹਨੇ ਕੋਸ਼ਿਸ਼ ਵੀ ਇਹ ਕੀਤੀ ਮੇਰੀ ਸਟੇਜ ਤੇ ਆਏ ਆ ਕੇ ਕਹਿੰਦੇ ਬਈ ਜੇ ਤੁਸੀਂ ਮੈਨੂੰ ਕੁਝ ਦੇਖਣਾ ਚਾਹੁੰਦੇ ਹੋ ਤਾਂ ਇਹਨੂੰ ਜਿਤਾ ਲਓ ਸਰਬਜੀਤ ਇਹ ਛੋਟੇ ਛੋਟੇ ਫੁੱਲ ਖਿੜਨਗੇ ਤੇ ਦਰਖਤ ਬਣਨਗੇ ਜੀ ਫਿਰ ਉਹ ਸਰਬਜੀਤ ਨੂੰ ਕਿਉਂ ਜਿਤਾ ਰਿਹਾ ਸੀ ਉਹਨੇ ਕਿਉਂ ਨਹੀਂ ਕਿਹਾ ਮੈਨੂੰ ਪਹਿਲਾਂ ਜਿਤਾ ਲਓ ਮੈਂ ਜਿੱਤੂਗਾ ਤਾਂ ਮੈਂ ਸੀਐਮ ਇਹ ਹਰਦੀ ਹੈ ਤਾਰੀ ਜਾਵੇ ਫਿਰ ਕਿਉਂ ਉਹਨਾਂ ਨੇ ਇੰਨੀਆਂ ਰੈਲੀਆਂ ਕੀਤੀਆਂ ਠੀਕ ਹੈ ਲੋਕਾਂ ਦਾ ਆਪਣਾ ਓਪੀਨੀਅਨ ਹੋ ਸਕਦਾ ਵੀ ਉਹਨੇ ਇਹ ਕਰਤਾ ਉਹਨੇ ਉਹ ਕਰਤਾ ਉਹਨੇ ਇਹ ਕਰਤਾ ਠੀਕ ਹੈ ਮੈਂ ਮੰਨਦੀ ਹਾਂ ਅਸੀਂ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਸ਼ਾਇਦ ਐਡੀ ਵੱਡੀ ਪੋਲੀਟਿਕਸ ਅਸੀਂ ਨਹੀਂ ਦੇਖੀ ਪਰ ਇੰਨੀ ਕੁ ਤਾਂ ਸਮਝ ਮਾਨ ਸਾਹਿਬ ਨੂੰ ਹੋਣੀ ਚਾਹੀਦੀ ਸੀ ਮੈਂ ਜਲਾਲਾਬਾਦ ਤਾਂ ਜਿੱਤ ਲਾਂ ਪਹਿਲਾਂ ਬਾਕੀ ਰੈਲੀਆਂ ਨਾ ਕਰਾਂ ਚਲੋ ਮਤਲਬ ਇਹ ਤੁਹਾਡਾ ਪੁਆਇੰਟ ਵੀ ਹੈ ਕਿ ਤੁਹਾਡੇ ਹਿਸਾਬ ਨਾਲ ਮਾਨ ਸਾਹਿਬ ਸਿਰਫ ਪਾਰਟੀ ਲਈ ਕੰਮ ਕਰ ਰਹੇ ਸੀ ਉਹਨਾਂ ਨੂੰ ਆਪਣੇ ਆਪ ਲੈਣ ਦੇਣਾ ਬਿਲਕੁਲ ਜੀ ਬਿਲਕੁਲ ਪਾਰਟੀ ਲਈ ਕੰਮ ਕਰ ਰਹੇ ਸੀ ਇਹ ਤਾਂ ਹੁਣ ਲੋਕ ਅੰਦਾਜ਼ਾ ਲਾ ਸਕਦੇ ਜੀ ਕਿ ਇਹ ਹੈ ਕਿ ਨਹੀਂ ਹੈ ਪਰ ਆਪਾਂ ਫਿਲਹਾਲ ਇਸ ਵਕਤ ਗੱਲ ਕਰੀਏ ਤਾਂ ਜੋ ਪਾਰਟੀ ਦੇ ਵਿੱਚ ਰੌਲਾ ਪਿਆ ਕਿ ਖਹਿਰਾ ਸਾਹਿਬ ਦਾ ਇੱਕ ਵੱਖਰਾ ਧੜਾ ਬਣ ਗਿਆ ਉਹ ਇੱਕ ਖੁਦ ਮੁਖਤਿਆਰੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਵੀ ਹਾਈਕਮਾਨ ਜਿਹੜਾ ਹੈ ਉਹ ਸਾਨੂੰ ਤੰਗ ਕਰ ਰਿਹਾ ਕੇਜਰੀਵਾਲ ਹੋਰਾਂ ਦਾ ਧੜਾ ਸਾਨੂੰ ਤੰਗ ਕਰ ਰਿਹਾ ਉਹ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਸਾਨੂੰ ਆਜ਼ਾਦੀ ਚਾਹੀਦੀ ਖੁਦ ਮੁਖਤਾਰੀ ਚਾਹੀਦੀ ਹੈ ਕਿਉਂਕਿ ਤੁਸੀਂ ਵੀ ਡਿਪਟੀ ਲੀਡਰ ਹੋ ਅਤੇ ਤੁਹਾਨੂੰ ਵੀ ਮੇਰੇ ਖਿਆਲ ਨਾਲ ਕਾਫੀ ਸਾਰੀਆਂ ਜ਼ਿੰਮੇਵਾਰੀਆਂ ਦਾ ਪਤਾ ਹੋਊਗਾ ਅਤੇ ਇੰਨਾ ਚਿਰ ਪਾਰਟੀ 'ਚ ਇੰਨੇ ਪੁਰਾਣੇ ਜੁੜਨ ਤੋਂ ਬਾਅਦ ਤੁਹਾਨੂੰ ਵੀ ਹੁਣ ਤੱਕ ਇਹ ਅਨੈਲਿਸਿਸ ਤਾਂ ਹੋ ਗਿਆ ਹੋਣਾ ਕਿ ਵੀ ਦਿੱਲੀ ਕਿਵੇਂ ਕੰਮ ਕਰਦੀ ਹੈ ਅਤੇ ਪੰਜਾਬ ਕਿਵੇਂ ਕੰਮ ਕਰਦਾ ਹੈ ਖਹਿਰਾ ਸਾਹਿਬ ਦੀਆਂ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਮੰਗਾਂ ਨੂੰ ਕਿਉਂ ਨਹੀਂ ਮੰਨਿਆ ਜਾ ਰਿਹਾ ਕਿਉਂ ਨਹੀਂ ਖੁਦ ਮੁਖਤਿਆਰੀ ਦਿੱਤੀ ਜਾ ਰਹੀ ਪਹਿਲੀ ਮੰਗ ਖੁਦ ਮੁਖਤਿਆਰੀ ਜੀ ਖਹਿਰਾ ਸਾਹਿਬ ਦੀ ਤੁਹਾਡੀ ਗੱਲ ਤੋਂ ਇੱਥੋਂ ਹੀ ਚੱਲਾਂਗੇ ਖਹਿਰਾ ਸਾਹਿਬ ਦੇ ਬਿਨਾਂ ਮੰਗਣ ਤੋਂ ਸਾਨੂੰ ਖੁਦ ਮੁਖਤਿਆਰੀ ਮਿਲ ਗਈ ਸੀ ਸਾਡੀ 21 ਮੈਂਬਰੀ ਕਮੇਟੀ ਬਣ ਗਈ ਸੀ ਅੱਛਾ ਜੀ ਇਹ ਕਦੋਂ ਇਹ 2 ਕੁ ਮਹੀਨੇ ਪਹਿਲਾਂ ਜਦੋਂ ਅਮਨ ਅਰੋੜਾ ਸਹਿ ਪ੍ਰਧਾਨ ਸੀ ਅੱਛਾ ਜੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਤੋਂ ਅੱਛਾ ਜੀ ਚੱਕਰ ਇਹ ਹੈ ਵੀ ਉਸ ਟਾਈਮ ਇਹ ਐਲਓਪੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਦੀ ਗੱਲ ਹੈ ਐਲਓਪੀ ਦੇ ਅਹੁਦੇ ਤੋਂ ਪਹਿਲਾਂ ਇਸ ਮਤਲਬ ਉਦੋਂ ਖਹਿਰਾ ਸਾਹਿਬ ਐਲਓਪੀ ਸੀ ਖੁਦਮੁਖਤਾਰੀ ਮਿਲ ਚੁੱਕੀ ਸੀ ਚੱਕਰ ਕੀ ਸੀ ਉੱਥੇ ਸਮੱਸਿਆ ਕਿੱਥੇ ਆਈ ਇਹਨਾਂ ਨੇ 3 ਨਾਮ ਭੇਜੇ ਸੀ 3 ਜਾਂ 4 ਉੱਪਰ ਵੀ ਇਹਨਾਂ ਦੀ ਕਮੇਟੀ ਬਣਾਓ ਪਰ ਜਦੋਂ ਡਿਸਕਸ਼ਨ ਹੋਈ ਸਾਰਿਆਂ ਦੀ ਬੈਠ ਕੇ ਉਹਨਾਂ ਨੇ 21 ਮੈਂਬਰੀ ਕਮੇਟੀ ਬਣਾਈ ਉਹਨਾਂ ਦਾ ਪਰਪਸ ਇਹ ਸੀ ਕੁਛ ਵੀ ਤੁਸੀਂ ਇਸ ਤਰ੍ਹਾਂ ਕਰੋ ਵਿੱਚ ਕੁਛ ਨਵੇਂ ਪਾਓ ਕੁਛ ਐਕਸਪੀਰੀਅੰਸ ਪਾਓ ਕੁਛ ਜਿਹੜੇ ਫਸਟ ਟਾਈਮਰ ਐਮਐਲਏ ਉਹ ਪਾਓ ਜੀ ਜੀ ਉਹਦੇ ਨਾਲ ਕੀ ਹੈ ਸਾਰੇ ਜਾਣੇ ਗਰੋ ਕਰਨਗੇ ਸਿੱਖਣਗੇ ਸਿੱਖਣਗੇ ਇੱਥੇ ਕਮਰ ਸੰਧੂ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਉਸ ਕਮੇਟੀ ਨੂੰ ਰਿਜੈਕਟ ਕਰਤਾ ਅੱਛਾ ਜੀ ਵੀ ਅਸੀਂ ਇਸ 21 ਮੈਂਬਰੀ ਕਮੇਟੀ ਨੂੰ ਮੰਨਾਂਗੇ ਹੀ ਨਹੀਂ ਜਦੋਂ ਸਾਨੂੰ ਬਿਨਾਂ ਮੰਗੇ ਤੋਂ ਚੀਜ਼ ਮਿਲ ਰਹੀ ਆ ਵੈਸੇ ਵੀ ਜੇ 5 ਮੈਂਬਰੀ ਕਮੇਟੀ ਬਣ ਵੀ ਗਈ ਸੀ ਇਹਨਾਂ ਦੀ ਇਹਨਾਂ ਨੇ ਕਿਹਾ ਸੀ 5 ਮੈਂਬਰ ਉਹ ਤਾਂ ਸਾਰੇ ਹੀ ਪਾਤੇ ਸੀ ਵਿੱਚ ਜੀ ਜੇ ਉਹਦੇ ਤੋਂ ਇਲਾਵਾ ਸਾਡੇ ਵਰਗੇ ਵੀ ਇਹਨਾਂ ਨੇ ਕੁਰਸੀਆਂ ਦੇ ਬਰਾਬਰ ਬੈਠ ਜਾਂਦੇ ਤਾਂ ਕੀ ਹੋ ਜਾਂਦਾ ਜਾਂ ਸਾਡੇ ਤੋਂ ਬਿਨਾਂ ਕੋਈ ਐਮਐਲਏ ਵੀ ਜਿਹੜੇ ਜ਼ੋਨ ਆਫਿਸ ਬੇਅਰਰਸ ਆ ਜਾਂਦੇ ਤਾਂ ਕੀ ਹੋ ਜਾਂਦਾ ਆਪਾਂ ਸਿਖਾਈ ਦਿੰਦੇ ਹਾਂ ਛੋਟਿਆਂ ਨੂੰ ਜੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੈ ਖੁਦ ਮੁਖਤਿਆਰੀ ਦੀ 1 ਸਾਲ ਤੋਂ ਆਪਾਂ ਗੱਲ ਕਰ ਰਹੇ ਹਾਂ ਇਹ ਗੱਲ ਇੰਨੀ ਨਹੀਂ ਜਿੰਨੀ ਵਧਾਈ ਜਾ ਰਹੀ ਹੈ ਅੱਛਾ ਜੀ ਖੁਦ ਮੁਖਤਿਆਰੀ ਪੂਰੇ 1 ਸਾਲ ਤੋਂ ਹੁਣ ਤੱਕ ਅਸੀਂ 2017 'ਚ ਜਿੱਤੇ ਹਾਂ ਅੱਜ ਤੱਕ ਸਾਡੇ ਤੋਂ ਕਦੇ ਕੋਈ ਵੀ ਲੀਡਰ ਮੇਰੀ ਗੱਲ ਤੋਂ ਬਾਅਦ ਵੀ ਇਹ ਕਹਿ ਸਕਦਾ ਮੈਨੂੰ ਦੱਸ ਵੀ ਸਕਦਾ ਵਲੰਟੀਅਰਸ ਨੂੰ ਹੋ ਸਕਦਾ ਇਹ ਨੌਲੇਜ ਨਾ ਹੋਵੇ ਜੀ ਕੋਈ ਵੀ ਕਹਿ ਦੇਵੇ ਵੀ ਅਸੀਂ ਐਮਸੀ ਦੀਆਂ ਚੋਣਾਂ ਕਰਨੀਆਂ ਸੀਗੀਆਂ ਸਾਨੂੰ ਪਾਰਟੀ ਨੇ ਕੈਂਡੀਡੇਟ ਦਿੱਤੇ ਨਾ ਅਸੀਂ ਐਮਪੀ ਦੀ ਇਲੈਕਸ਼ਨ ਜਿਮਨੀ ਚੋਣ ਜਿੱਤੀ ਹੈ ਅਸੀਂ ਲੜੇ ਅਸੀਂ ਲੜੇ ਆ ਜਿੱਤੇ ਅਸੀਂ ਕੈਂਡੀਡੇਟ ਉੱਥੋਂ ਆਇਆ ਨਾ ਖਹਿਰਾ ਸਾਹਿਬ ਵਿੱਚ ਸੀ ਕਮੇਟੀ ਦੇ ਅਸੀਂ ਕੰਪੇਨ ਕੀਤੀ ਪ੍ਰੋਪਰ ਅਸੀਂ ਆਪਣੇ ਹਿਸਾਬ ਨਾਲ ਕੀਤੀ ਸਾਨੂੰ ਕੋਈ ਇੰਸਟਰਕਸ਼ਨ ਆਈ ਹੋਵੇ ਜਾਂ ਇਹਨਾਂ ਨੂੰ ਆਈ ਹੋਵੇ ਮੇਰੀ ਨੌਲੇਜ ਨਹੀਂ ਕਿਉਂਕਿ ਮੈਂ ਵੀ ਡਿਪਟੀ ਲੀਡਰ ਹੀ ਨਾਲ ਚੱਲ ਰਹੀ ਹਾਂ ਸੇਮ ਹੀ ਕੰਮ ਕਰ ਰਹੀ ਹਾਂ ਮੇਰੀ ਕੋਈ ਨੌਲੇਜ ਨਹੀਂ ਅਸੀਂ ਕਿਤੇ ਧਰਨਾ ਲਾਉਣਾ ਹੋਵੇ ਸਾਨੂੰ ਉੱਪਰੋਂ ਇੰਸਟਰਕਸ਼ਨ ਆਈ ਹੋਵੇ ਨਾ ਲਾਓ ਨਾ ਅਸੀਂ ਕਿਤੇ ਵਿਧਾਨ ਸਭਾ 'ਚ ਬੋਲਣਾ ਹੋਵੇ ਸਾਨੂੰ ਉੱਪਰੋਂ ਕਿਹਾ ਗਿਆ ਹੋਵੇ ਨਹੀਂ ਬੋਲਣਾ ਨਹੀਂ 1-1.5 ਸਾਲ ਤੋਂ ਕੁਛ ਨਹੀਂ ਐਸਾ ਚੱਲ ਰਿਹਾ ਅੱਛਾ ਜੀ ਠੀਕ ਹੈ ਮਤਲਬ ਤੁਹਾਨੂੰ ਤੁਹਾਡਾ ਕਹਿਣ ਤੋਂ ਭਾਵ ਇਹ ਹੈ ਕਿ ਵੀ ਤੁਹਾਨੂੰ ਪੂਰੀ ਖੁਦ ਮੁਖਤਾਰੀ ਸੀਗੀ ਪਹਿਲਾਂ ਸੀਗੀ ਵੀ ਚਾਹੇ ਤੁਸੀਂ ਕੈਂਡੀਡੇਟ ਡਿਸਾਈਡ ਕਰਨਾ ਚਾਹੇ ਐਮਸੀ ਚੋਣਾਂ ਸੀਗੀਆਂ ਚਾਹੇ ਗੁਰਦਾਸਪੁਰ ਵਾਲੀ ਚੋਣ ਸੀਗੀ ਚਾਹੇ ਦੂਜੀਆਂ ਚੋਣਾਂ ਸੀਗੀਆਂ ਵੀ ਤੁਹਾਨੂੰ ਉੱਪਰੋਂ ਕੁਛ ਨਹੀਂ ਕਿਹਾ ਜਾਂਦਾ ਉਹਨਾਂ ਨੇ ਇਹ ਕਿਹਾ ਹੋਇਆ ਕਿ ਤੁਸੀਂ ਆਪਣੇ ਤੌਰ 'ਤੇ ਪਾਰਟੀ ਚਲਾਓ ਪੰਜਾਬ ਨੂੰ ਖੜਾ ਕਰੋ ਅੱਛਾ ਜੀ ਪੰਜਾਬ ਤੁਹਾਡੇ ਸਿਰ 'ਤੇ ਵੀ 20 ਦੇ 20 ਉੱਠੋ ਨਾਲ ਬਾਕੀ ਉਠਾਓ ਅੱਛਾ ਜੀ ਇਹ ਤੁਹਾਡੀ ਡਿਊਟੀ ਬਣਦੀ ਹੈ ਕਿਉਂਕਿ ਅਸੀਂ ਮੈਂ ਸੋਚਦੀ ਹਾਂ ਮੇਰਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਜਿਹੜੇ ਮੇਰੇ ਹਲਕੇ ਦੇ ਵਲੰਟੀਅਰਸ ਆ
ਉਹਨਾਂ ਨੂੰ ਵੀ ਉਹ ਵੀ ਤਾਂ ਇੱਕ ਆਸ ਨਾਲ ਤੁਰੇ ਆ ਜੀ ਵੀ ਜਦੋਂ ਅਸੀਂ ਅੱਗੇ ਵਧਾਂਗੇ ਅੱਗੇ ਤੁਰਾਂਗੇ ਤੇ ਜਦੋਂ ਸਾਰਾ ਕੁਝ ਸਰਕਾਰ ਬਣੇਗੀ ਸਾਨੂੰ ਵੀ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਏਗਾ ਤੇ ਆਪਾਂ ਉਹਨਾਂ ਦੀ ਇਸ ਆਸਤੇ ਵੀ ਤਾਂ ਫੁੱਲ ਚੜਾਉਣੇ ਆ ਆਪਾਂ ਉਹਨਾਂ ਨੂੰ ਇਸ ਆਸਤੇ ਤਾਂ ਕਦਰ ਲੈ ਕੇ ਆਉਣੀ ਹੈ ਇੱਕ ਜਣੇ ਦਾ ਬਣਨਾ ਮੇਰੇ ਖਿਆਲ 'ਚ ਕੋਈ ਇੰਪੋਰਟੈਂਟ ਨਹੀਂ ਡੈਮੋਕ੍ਰੇਸੀ ਇਜ਼ ਨੋਟ ਦੈਟ ਬਈ ਆਪਾਂ ਕਹਿ ਦਈਏ ਵੀ ਗੈਟਿੰਗ ਸਮ ਚੇਅਰਸ ਗੈਟਿੰਗ ਸਮ ਫੋਰ ਦਾ ਪੀਪਲ ਆਫ ਦਾ ਪੀਪਲ ਬਾਏ ਦਾ ਪੀਪਲ ਨੋ ਡੈਮੋਕ੍ਰੇਸੀ ਉਹ ਚੀਜ਼ ਹੈ ਜਦੋਂ ਯੂ ਆਰ ਆਫਰਿੰਗ ਯੂਅਰ ਚੇਅਰ ਟੂ ਅਦਰਸ ਜੀ ਅੱਛਾ ਇਹ ਗੱਲ ਤਾਂ ਖਹਿਰਾ ਸਾਹਿਬ ਪਿੱਛੇ ਜਿਵੇਂ ਇੱਕ ਬਿਆਨ ਸੁਣਿਆ ਸੀ ਉਹ ਕਹਿੰਦੇ ਕਿ ਜਦੋਂ ਸਰਬਜੀਤ ਕੌਰ ਮਾਣੂਕੇ ਨੂੰ ਡਿਪਟੀ ਚੇਅਰ ਬਣਾਇਆ ਗਿਆ ਡਿਪਟੀ ਲੀਡਰ ਬਣਾਇਆ ਗਿਆ ਉੱਥੇ ਤਾਂ ਉਦੋਂ ਉਹ ਕਹਿੰਦੇ ਵੀ ਮੈਂ ਕਿਹਾ ਸੀ ਵੀ ਤੁਸੀਂ ਬਣਾਓ ਉਹਨਾਂ ਨੇ ਤੁਹਾਨੂੰ ਕਿਹਾ ਫਿਰ ਤਾਂ ਖਹਿਰਾ ਸਾਹਿਬ ਦੀ ਪੂਰੀ ਖੁਦਮੁਖਤਿਆਰੀ ਹੈ ਜੀ ਇੱਕ ਲੀਡਰ ਬਣਾਤਾ ਇੱਕ ਡਿਪਟੀ ਲੀਡਰ ਅਪੁਆਇੰਟ ਕਰਤਾ ਜੀ ਫਿਰ ਤਾਂ ਉਹਨਾਂ ਨੂੰ ਗੁੱਸਾ ਹੀ ਨਹੀਂ ਕਰਨਾ ਚਾਹੀਦਾ ਇਸ ਗੱਲ ਦਾ ਠੀਕ ਹੈ ਮੇਰੀ 20 ਇਲੈਕਸ਼ਨ ਜਦੋਂ ਮੇਰੀ ਡਿਪਟੀ ਲੀਡਰ ਦੀ ਸਿਲੈਕਸ਼ਨ ਹੋਈ ਸੀ ਜੀ ਉਸੇ ਤਰ੍ਹਾਂ ਹੀ ਹੋਈ ਸੀ ਸਾਰੇ MLAs ਤੋਂ ਪੁੱਛਿਆ ਗਿਆ ਸੀ ਮੇਰੇ ਲਈ ਸਰਬਸੰਮਤੀ ਹੋ ਗਈ ਓਕੇ ਕਰਤਾ ਸਾਰਿਆਂ ਨੇ ਓਕੇ ਆ ਅੱਛਾ ਜਦੋਂ ਖਹਿਰਾ ਸਾਹਿਬ ਬਣੇ LOP ਇਹ ਇੱਕ ਪਾਰਟ ਹੁੰਦਾ ਸਿਸਟਮ ਦਾ ਜੀ ਖਹਿਰਾ ਸਾਹਿਬ LOP ਬਣੇ ਅਸੀਂ ਇਕੱਠੇ ਬੈਠੇ ਸੀ ਇਹਨਾਂ ਨੇ ਇੱਥੋਂ ਇੱਕ ਲੈਟਰ ਫਰੇਮ ਕੀਤੀ 12-13 MLAs ਨੇ ਸਾਈਨ ਕੀਤੇ ਉਹਦੇ ਤੇ ਸਾਈਨ ਕਰਕੇ ਮੈਂ ਨਹੀਂ ਸਾਈਨ ਕੀਤੇ ਸੀ ਉਸ ਟਾਈਮ ਮੈਂ ਕਿਹਾ ਗਲਤ ਹੈ ਇਹ ਰਿਵਾਜ ਗਲਤ ਹੈ ਤੁਸੀਂ ਆਪਾਂ ਅੱਜ ਲਾਉਣ ਤੇ ਲੱਗਾਂਗੇ ਕੱਲ ਨੂੰ ਲਾਉਣ ਤੇ ਲੱਗਾਂਗੇ ਨਹੀਂ ਖਹਿਰਾ ਸਾਹਿਬ ਜਦੋਂ LOP ਬਣੇ ਮੈਂ ਸਮਝਿਆ ਨਹੀਂ ਗੱਲ ਜਦੋਂ ਫੂਲਕਾ ਸਾਹਿਬ ਹਟੇ ਸੀ ਉਦੋਂ ਦੀ ਗੱਲ ਹਾਂਜੀ ਇਹ ਸਟਾਰਟਿੰਗ ਦੀ ਗੱਲ ਕਰ ਰਹੀ ਹਾਂ ਮੈਂ ਜਦੋਂ ਖਹਿਰਾ ਸਾਹਿਬ ਬਣੇ ਸੀ ਉਦੋਂ ਵੀ ਕੋਈ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਇੱਕ ਸਾਡੀ ਮੀਟਿੰਗ ਹੋਈ ਸੀ ਅੱਛਾ ਜਿਹਦੇ ਵਿੱਚ 12 MLAs ਤੇ 12 MLAs ਨੇ 13ਵੀਂ ਮੈਂ ਸੀ ਉੱਥੇ ਜਾਂ 13 ਜਾਂ 14 ਦੀ ਗਿਣਤੀ ਹੋਏਗੀ ਇੱਕ ਅੱਧੇ ਦੀ ਇੱਧਰ ਉੱਧਰ ਕਰ ਰਹੀ ਹਾਂ ਉੱਥੇ ਇੱਕ ਲੈਟਰ ਫਰੇਮ ਹੋਈ ਜਿਹਦੇ 'ਚ ਇਨ ਕੇਸ ਖਹਿਰਾ ਸਾਹਿਬ ਨੂੰ ਤੁਸੀਂ LOP ਨਹੀਂ ਬਣਾਉਂਦੇ ਤੇ ਅਸੀਂ ਗੁੱਸਾ ਰਿਜ਼ੈਂਟਮੈਂਟ ਸ਼ੋ ਕਰਾਂਗੇ ਕਿਸੇ ਤਰ੍ਹਾਂ ਦੀ ਵੀ ਨੈਗੇਟਿਵ ਪੋਜ਼ਿਟਿਵ ਠੀਕ ਹੈ ਉੱਥੇ ਇਹ ਹੋਇਆ ਸਭ ਨੇ ਸਾਈਨਡ ਇੱਕ ਐਪਲੀਕੇਸ਼ਨ ਹੋਈ ਲੈਟਰ ਸਾਈਨ ਕੀਤੀ ਗਈ ਮੈਂ ਉੱਥੇ ਇੱਕ ਐਸਾ ਪਰਸਨ ਸੀ ਜਿਹੜੀ ਉਸ ਚੀਜ਼ ਨੂੰ ਸਾਈਨ ਨਹੀਂ ਕੀਤਾ ਕਿਉਂਕਿ ਮੈਂ ਤੁਹਾਨੂੰ ਦੱਸਦੀ ਮੇਰੀ ਪਰਸਨੈਲਿਟੀ ਦੇ ਦੋਸਤ ਨਹੀਂ ਹੋ ਸਕਦੇ ਕਦੇ ਵੀ ਜਿਹੜੀ ਚੀਜ਼ ਗਲਤ ਹੈ ਮੈਂ ਉਹਨੂੰ ਗਲਤ ਕਹਿ ਦੇਣਾ ਜੇ ਮੈਂ ਉੱਥੇ ਸਾਈਨ ਨਹੀਂ ਕੀਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਯਾਦ ਰੱਖਣਾ ਚਾਹੀਦਾ ਤੁਹਾਨੂੰ ਡਿਪਟੀ ਲੀਡਰ ਆਫ ਆਪੋਜੀਸ਼ਨ ਮੈਂ ਬਣਾਇਆ ਮੈਂ ਕਿਹਾ ਸਰ ਗ੍ਰੇਟਫੁਲ ਗ੍ਰੇਟਨੈਸ ਆ ਤੁਹਾਡੀ ਮੈਨੂੰ ਬਣਾਇਆ ਮੈਂ ਤੁਹਾਨੂੰ ਸਿਫਾਰਿਸ਼ ਕਰ ਦੂੰਗੀ ਪਰ ਜਿਹੜੀ ਇਹ ਸਾਈਨ ਕਰਨ ਦੀ ਰਿਵਾਜ ਹੈ ਇਹ ਇੱਕ ਪਿਰਤ ਆ ਇਹਨੂੰ ਨਾ ਕਰੋ ਇਹ ਜੇ ਅੱਜ ਲਾਉਣ ਤੇ ਕਰਨਗੇ ਕੱਲ੍ਹ ਨੂੰ ਲਾਉਣ ਤੇ ਵੀ ਕਰਨਗੇ ਅੱਛਾ ਜੀ ਵੀ ਆਪਾਂ ਮੀਟਿੰਗ ਕਰੋ ਉਹੀ ਹੋਇਆ ਸਰ ਦੇਖੋ ਉਸ ਟਾਈਮ ਤੋਂ ਬਾਅਦ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸਰਬਜੀਤ ਇਸ ਦਾ ਫਸਟ ਪਰਸਨ ਜਿਹੜਾ ਕਿਤੇ ਨਾ ਕਿਤੇ ਵੀ ਮੈਨੂੰ ਓਬੇ ਨਹੀਂ ਕਰੇਗੀ ਅੱਛਾ ਜੀ ਉਹਦਾ ਨੁਕਸਾਨ ਕੀ ਹੋਇਆ ਮੈਂ ਤਾਂ ਜਸ ਮੈਂ ਤਾਂ ਬਿਲਕੁਲ 100% ਇਹ ਚਾਹੁੰਦੀ ਸੀ ਉਸ ਟਾਈਮ ਵੀ ਵੀ ਪਾਰਟੀ ਦੇ ਵਿੱਚ ਐਸੀ ਏਕਤਾ ਬਣ ਜੇ ਅਸੀਂ 20 MLA ਇੱਕ ਉਹਦੇ ਨਾਲ ਨਾ ਲੜਕੇ ਅਸੀਂ ਕੈਬਨਿਟ ਤਿਆਰ ਕਰੀਏ ਬਿਲਕੁਲ ਸਹੀ ਚਲੋ ਇਹ ਮੈਂ ਦੱਸਦਾ ਜੀ ਕਿ ਇਸ ਵਕਤ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਪ੍ਰਾਈਮ ਫੋਕਸ ਅਤੇ ਜੋ ਸਰਬਜੀਤ ਕੌਰ ਮਾਣੂਕੇ ਇਸ ਵਕਤ MLA ਜਗਰਾਓਂ ਅਤੇ ਪਲੱਸ ਡਿਪਟੀ ਲੀਡਰ ਨੇ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਤਰਫੋਂ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ ਨੇ ਇਹਨਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਐਨਾਲਿਸਿਸ ਕਰਨਾ ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿੰਨੇ ਕੁ ਵੀ ਸਵਾਲ ਆਪਾਂ ਇਹਨਾਂ ਕੋਲੋਂ ਪੁੱਛ ਸਕੀਏ ਜ਼ਰੂਰ ਪੁੱਛੀਏ ਤੁਸੀਂ ਸਰਬਜੀਤ ਜੀ ਅਗਲਾ ਸਵਾਲ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਹੈ ਕਿ ਵੀ ਥੋੜ੍ਹੇ ਥੋੜ੍ਹੇ ਸਮੇਂ ਦੇ ਵਿੱਚ ਮੈਨੂੰ ਜ਼ਰੂਰ ਉਹਨਾਂ ਦਾ ਜਵਾਬ ਦਿਓ ਕਿਉਂਕਿ ਸਵਾਲ ਬਹੁਤ ਜ਼ਿਆਦਾ ਨੇ ਅਤੇ ਮੇਰਾ ਖਿਆਲ ਸਮਾਂ ਘੱਟ ਹੈ ਕੇਜਰੀਵਾਲ ਹੋਰਾਂ ਦੀ ਮੁਆਫੀ ਜਿਹੜੀ ਹੈ ਜੀ ਉਹ ਜਦੋਂ ਹੁੰਦੀ ਹੈ ਉਹ ਸਾਰਾ ਸਿਨੈਰੀਓ ਹੈ ਕੀ ਸੀਗਾ ਜੀ ਕਿਉਂਕਿ ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਦਾ ਅਸਲ ਖਰਾਰ ਤਾਂ ਉਦੋਂ ਹੀ ਪਿਆ ਸਿੱਧੂ ਸਾਹਿਬ ਨੇ ਸੋਰੀ ਖਹਿਰਾ ਸਾਹਿਬ ਨੇ ਵੀ ਉਦੋਂ ਕਹਿ ਲਓ ਕਿ ਵੀ ਆਪਣਾ ਵੱਖਰਾ ਵਿਰੋਧ ਦਰਜ ਕਰਾਇਆ ਮਾਨ ਸਾਹਿਬ ਅਸਤੀਫਾ ਦੇ ਗਏ ਪਰ ਬਾਕੀ ਉਸ ਤੋਂ ਬਾਅਦ MLA ਜਿੰਨੇ ਵੀ ਸੀਗੇ ਉਹ ਚੁੱਪ ਚੁੱਪ ਜੇ ਰਹਿ ਗਏ ਮੇਰੇ ਖਿਆਲ ਨਾਲ ਜੇ ਉਦੋਂ ਹੀ ਇਹ ਗੱਲਬਾਤ ਏਕਤਾ ਕਦੇ ਦਿਖਾਈ ਜਾਂਦੀ ਤਾਂ ਸ਼ਾਇਦ ਤੁਹਾਡਾ ਖਲਾਰਾ ਆਮ ਆਦਮੀ ਪਾਰਟੀ ਦਾ ਨਾ ਪੈਂਦਾ ਜੀ ਕੇਜਰੀਵਾਲ ਸਰ ਦੀ ਮਾਫੀਨਾਮਾ ਆਇਆ ਜੀ ਠੀਕ ਹੈ ਕਦੋਂ ਆਇਆ ਜਦੋਂ STF ਦੀ ਰਿਪੋਰਟ ਆਈ ਕੈਪਟਨ ਅਮਰਿੰਦਰ ਤੇ ਜੀ STF ਦੀ ਰਿਪੋਰਟ ਉਹਨਾਂ ਨੇ ਅੰਦਰ ਕਰ ਲਈ ਰਿਪੋਰਟ ਕਰਕੇ ਸਰਕਾਰ ਕੈਪਟਨ ਸਾਹਿਬ ਦੀ ਜੀ ਮਾਫੀਨਾਮਾ ਕੇਜਰੀਵਾਲ ਦੀ ਪ੍ਰੋਬਲਮ ਆ ਗਈ ਕਲੀਨ ਚਿੱਟ ਤਾਂ ਨਹੀਂ ਆਈ ਕਲੀਨ ਚਿੱਟ ਹੋ ਗਈ ਜਦੋਂ ਮਾਫੀ ਮੰਗ ਲਈ ਫਿਰ ਅਗਲੀ ਗੱਲ ਇਹ ਦੇਖੋ ਜੀ ਰਿਪੋਰਟ ਦੇਣੀ ਆ ਉਹਨਾਂ ਨੇ ਸਾਰੀ ਜੀ ਕੈਪਟਨ ਸਾਹਿਬ ਨੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਲਈ ਖੜ ਰਹੇ ਹਾਂ ਉਹ ਤੋਂ ਬਾਅਦ ਵੀ ਲੜੇ ਆ ਮਾਨ ਸਾਹਿਬ ਦਾ 2 ਵਾਰੀ ਬਿਆਨ ਆ ਚੁੱਕਿਆ ਉਹਦੇ ਤੇ ਈਵਨ ਖਹਿਰਾ ਸਾਹਿਬ ਵੀ ਬੋਲੇ ਆ 2-3 ਵਾਰੀ ਜੀ ਪਰ ਮਾਫੀਨਾਮੇ ਤੋਂ ਬਾਅਦ ਸਾਡੇ ਕੁਝ ਲੀਡਰਸ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਆਨ ਵੀ ਆਇਆ ਵੀ ਸਾਨੂੰ ਇਸ ਚੀਜ਼ ਦਾ ਮਹੀਨਾ ਪਹਿਲਾਂ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਵੀ ਇਹ ਮਾਫੀਨਾਮਾ ਕਿਹੜੇ ਲੀਡਰ ਸੀ ਜੀ ਸਾਡੇ ਖਹਿਰਾ ਸਾਹਿਬ ਤੇ ਕਮਰ ਸੰਧੂ ਜੀ ਨੇ ਮੀਟਿੰਗ ਦੇ ਵਿੱਚ ਕਿਹਾ ਵੀ ਇਸ ਚੀਜ਼ ਦੀ ਸਾਡੇ ਤੱਕ ਨੌਲੇਜ ਪਹੁੰਚੀ ਸੀ ਪਰ ਮੈਂ ਇਸ MLAs ਦੇ ਨਾਲ ਗੱਲ ਕਰਨੀ ਇਸ ਕਰਕੇ ਜ਼ਰੂਰੀ ਨਹੀਂ ਸਮਝੀ ਮੈਨੂੰ ਲੱਗਿਆ ਵੀ ਇਹ ਆਪਣਾ ਮਸਲਾ ਆਪਣੇ ਆਪ ਹੌਲੀ ਹੌਲੀ ਹੋ ਜਾਏਗਾ ਡਿਸਕਸ ਪਰ ਜਦੋਂ ਇੱਕਦਮ ਸਾਡੇ ਸਾਰਿਆਂ ਤੇ ਅਟੈਕ ਆਇਆ ਇਟ ਵਾਜ਼ ਸ਼ੌਕਿੰਗ ਉਹਦੇ ਲਈ ਅਸੀਂ ਤੁਸੀਂ ਜਾ ਕੇ ਦੁਬਾਰਾ ਗੱਲ ਨਹੀਂ ਕੀਤੀ ਕੇਜਰੀਵਾਲ ਸਾਹਿਬ ਨਾਲ ਅਸੀਂ ਗੱਲ ਕੀਤੀ ਉੱਥੇ ਗਏ MLA ਸਾਰੇ
ਜਦੋਂ ਗੱਲ ਕੀਤੀ ਗਈ ਸਾਨੂੰ ਜਿਹੜੇ ਜਿਹੜੇ ਉਹਨਾਂ ਨੇ ਆਪਣੇ ਪੁਆਇੰਟਸ ਦੱਸੇ ਜੀ, ਉਹ ਸਾਨੂੰ ਲੱਗਿਆ ਵੀ ਹੁਣ ਇਸ ਚੀਜ਼ ਤੇ ਇਹ ਅਸੀਂ ਸੈਟੀਸਫਾਈਡ ਆ, ਅਸੀਂ ਠੀਕ ਹੈ ਵੀ ਜਿਹੜਾ ਮਾਫੀਨਾਮਾ ਆ ਗਿਆ ਉਹ ਠੀਕ ਹੈ, ਕੈਪਟਨ ਦੀ ਸਰਕਾਰ ਦਾ ਫਰਜ਼ ਬਣਦਾ ਵੀ ਆਪਾਂ ਇਸ ਚੀਜ਼ ਤੇ ਉਹ ਘੇਰਨ, ਠੀਕ ਹੈ, ਅਸੀਂ ਉੱਥੇ ਬੈਠੇ ਲੜ ਰਹੇ ਹਾਂ ਮਰ ਰਹੇ ਹਾਂ, ਸਾਨੂੰ ਕੋਈ ਸਬੂਤ ਨਹੀਂ ਪ੍ਰੋਵਾਈਡ ਕਰ ਰਹੇ ਜਾਂ ਸਾਨੂੰ ਕੋਈ ਕੁਛ ਨਹੀਂ ਕਰ ਰਹੇ, ਜਿਹੜੇ ਹਾਲਾਤ 'ਚ ਅਸੀਂ ਲੜ ਰਹੇ ਸੀ ਸਾਡੀ ਤਾਂ ਲੜਾਈ ਐਂਡ ਹੈ ਹੀ ਨਹੀਂ ਸੀ, ਐਂਡ ਤਾਂ ਉਹਨਾਂ ਨੇ ਕਰਨਾ ਨਾ। ਦੂਸਰੀ ਗੱਲ, ਜਿੱਥੇ ਵੀ ਸਰਕਾਰ ਹੁਣ ਜਿੱਥੇ ਵੀ ਸਰਕਾਰ ਚਾਹੂਗੀ ਉਹ ਓਨਾ ਹੀ ਸਬੂਤ ਪੇਸ਼ ਕਰੂਗੀ, ਜਿਹਨੂੰ ਬਚਾਉਣਾ ਚਾਹੇਗੀ ਹੁਣ ਓਨਾ ਹੀ ਬਚਾਏਗੀ। ਅੱਜ ਦੀ ਡੇਟ ਦੇ ਵਿੱਚ, ਅੱਜ ਦੇ ਮੁੱਦੇ ਦੇ ਵਿੱਚ ਜਿਹੜੀ ਮੇਨ ਲੜਾਈ ਹੈ, ਅੱਜ ਬਹਿਬਲ ਕਲਾਂ ਦੀ ਲੜਾਈ ਹੋਣੀ ਚਾਹੀਦੀ ਸੀ ਜਿੱਥੇ ਸਾਡੇ ਦੋ ਸ਼ਹੀਦ ਲੜੇ ਹੈ। ਅੱਜ ਆਪਾਂ ਗੱਲ ਕਿਸ ਗੱਲ ਦੀ ਕਰ ਰਹੇ ਹਾਂ? ਅੱਜ ਆਪਾਂ ਗੱਲ ਕਰ ਰਹੇ ਹਾਂ ਦੋ ਮੁੱਦਿਆਂ ਦੀ ਲੜਾਈ, ਦੋ ਧੜਿਆਂ ਦੀ ਲੜਾਈ ਦੀ, ਜਦਕਿ ਪੰਜਾਬ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਗੱਲ ਹੈ। ਮੈਂ ਤਾਂ ਇੱਕੋ ਗੱਲ ਕਹਿੰਦੀ ਹਾਂ, ਜਿਹੜਾ ਪਿਛਲੀ ਵਾਰ ਜਿਹਦੇ ਰਾਜ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਸਾਡੀ ਪ੍ਰਗਟ ਗੁਰਾਂ ਦੀ ਦੇਹ ਨੂੰ ਤਾਰ ਤਾਰ ਕੀਤਾ ਗਿਆ ਜੀ, ਉਹਦੇ 'ਤੇ 302 ਦਾ ਪਰਚਾ ਕਰਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਤਾਰ ਤਾਰ ਕੀਤੇ ਆ। ਉਸ ਤੋਂ ਬਾਅਦ ਜਿਹੜਾ ਉਹਦਾ ਡਿਪਟੀ CM ਸੀ ਸੁਖਵੀਰ ਸਿੰਘ ਬਾਦਲ, ਜਿਹਦੇ ਇਸ਼ਾਰੇ ਦੇ ਨਾਲ DGP ਕਹਿ ਰਿਹਾ ਵੀ ਗੋਲੀ ਚੱਲੀ ਹੈ, ਜਿਹਨੇ ਸਾਡੇ ਦੋ ਜਵਾਨ ਮਾਰਤੇ, ਜਿਹਨੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਤਾ, ਜਿਹਨੇ ਸਾਡੇ ਗੁਰੂ ਦੀ ਇੱਜ਼ਤ ਨਹੀਂ ਰੱਖੀ, ਉਸ ਬੰਦੇ ਨੂੰ ਸ਼ਰੇਆਮ ਖੜਾ ਕਰਨਾ ਚਾਹੀਦਾ ਅਤੇ ਉਹਨੂੰ ਕਲਪਰੇਟ ਇਮੀਡੀਏਟ ਉਹਨੂੰ ਜੇਲ੍ਹ ਦੀ ਸਜ਼ਾ ਦੇਣੀ ਚਾਹੀਦੀ ਹੈ। ਇਹ ਗੱਲ ਇਹ ਆ ਕਿ ਮੇਰੇ ਖਿਆਲ ਮੈਂ ਮਾਨ ਸਾਹਿਬ ਦਾ ਇੱਕ ਬਿਆਨ ਸੁਣ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਇਹ ਸ਼ਾਇਦ ਬਾਕੀ ਸਾਰੇ ਮਸਲੇ ਜਿਹੜੇ ਨੇ ਉਹਨਾਂ ਤੋਂ ਧਿਆਨ ਹਟਾਉਣ ਦਾ ਕਰਕੇ ਸਾਡੀ ਪਾਰਟੀ ਦੇ ਵਿੱਚ ਜਾਣ ਬੁੱਝ ਕੇ ਖਲਾਰਾ ਪਾਇਆ ਗਿਆ, ਤੁਸੀਂ ਇਹ 'ਤੇ ਕੀ ਕਹਿੰਦੇ ਹੋ? ਮੈਂ ਤਾਂ ਇੱਕੋ ਗੱਲ ਕਹੂੰਗੀ, ਸੂਝਵਾਨ ਆਗੂ ਆ ਸਾਡੇ ਕੋਲ, ਪਰ ਚੱਕਰ ਇਹ ਆ ਸਮਝ ਨਹੀਂ ਪਾਏ ਵੀ ਚਾਲ ਕਿੱਥੋਂ ਚੱਲ ਗਈ। ਹੁਣ ਸਾਡੇ ਖਹਿਰਾ ਸਾਹਿਬ ਪ੍ਰਮੋਟ ਹੋ ਰਹੇ ਸੀ, ਅੱਗੇ ਵੱਧ ਰਹੇ ਸੀ, ਜਿਹਨੂੰ ਅਸੀਂ ਸਾਰੇ ਸਪੋਰਟ ਕਰ ਰਹੇ ਸੀ ਨਾਲ, ਜੋ ਉਹਨਾਂ ਨੇ ਸਾਨੂੰ ਕਿਹਾ ਵੀ ਫਲਾਣੀ ਜਗ੍ਹਾ 'ਤੇ ਖੜਚੋ, ਅਸੀਂ ਖੜੇ। ਜੇ ਪਾਣੀ ਦਾ ਮੁੱਦਾ ਕਿਹਾ, ਅਸੀਂ ਬਲੀਪੁਰ ਤੋਂ ਚਲਾਇਆ, ਆਮ ਆਦਮੀ ਪਾਰਟੀ ਦੇ ਨਾਮ ਲਈ ਚਲਾਇਆ, ਕਿਸੇ ਸਰਬਜੀਤ ਕੌਰ ਮਾਣੂ ਕੇ ਕਿਸੇ ਲਈ ਨਹੀਂ ਚਲਾਇਆ। ਜੇ ਨਸ਼ੇ ਦਾ ਮੁੱਦਾ ਚੱਲਿਆ ਤਾਂ ਅਸੀਂ ਸਵੱਦੀ ਕਲਾਂ ਤੋਂ ਚਲਾਇਆ, ਉਹ ਫੂਲਕਾ ਸਾਹਿਬ ਤੇ ਮੈਂ ਚਲਾਇਆ, ਪਰ ਪਾਰਟੀ ਆਮ ਆਦਮੀ ਪਾਰਟੀ ਨੇ ਚਲਾਇਆ, ਕਿਸੇ ਬੰਦੇ ਨੇ ਨਹੀਂ ਚਲਾਇਆ, ਕਿਸੇ ਨੇ ਨਾਮ ਲਈ ਨਹੀਂ ਚਲਾਇਆ। ਸਮੱਸਿਆ ਇਹ, ਅਸੀਂ ਅੱਗੇ ਲੋਕਾਂ ਨੇ ਬੋਲਣਾ ਸ਼ੁਰੂ ਕਰਤਾ ਵੀ ਹੁਣ ਤੁਹਾਡੀ ਕੰਮ ਹੋਣਾ ਸ਼ੁਰੂ ਹੋ ਗਿਆ, ਤੁਸੀਂ ਅੱਛਾ ਕਰ ਰਹੇ ਹੋ। ਹੁਣ ਜਿਨ੍ਹਾਂ ਨੇ ਕੁਛ ਨਹੀਂ ਕਰਨਾ ਉਹਨਾਂ ਨੇ ਟਾਰਗੇਟ ਕਰਨਾ, ਉਹਨਾਂ ਕੋਲ ਪੈਸਾ ਵੀ ਹੈ, ਕੋਈ ਕਹਿ ਰਿਹਾ ਮੈਂ ਤੈਨੂੰ ਰੈਲੀ ਤੇ 100 ਬੱਸਾਂ ਭੇਜਦਾ, ਕੋਈ ਕਹਿ ਰਿਹਾ ਮੈਂ ਇਕੱਠ ਭੇਜਦਾ, ਇਹ ਤਾਂ ਸਾਨੂੰ ਸਮਝਣਾ ਚਾਹੀਦਾ ਨਾ ਵੀ ਸਾਡੀ ਘਰ ਦੀ ਤਾਂ ਲੜਾਈ ਦੇ ਵਿੱਚ ਕਿੰਨੇ ਜਣੇ ਲੋਕ ਤਮਾਸ਼ਾ ਦੇਖ ਰਹੇ ਆ। ਅੱਜ ਸਾਡੀ ਪਾਰਟੀ ਦੇ ਵਲੰਟੀਅਰ ਦਾ ਉਹ ਹਾਲ ਹੈ ਅੱਜ ਦੀ ਡੇਟ ਦੇ ਵਿੱਚ ਵੀ ਜਿਸ ਤਰ੍ਹਾਂ 10 ਕੁ ਸਾਲ ਦੇ ਬੱਚੇ ਦਾ ਪੇਰੈਂਟਸ ਦਾ ਤਲਾਕ ਹੋ ਰਿਹਾ ਹੁੰਦਾ ਨਾ ਗੁਰਪ੍ਰੀਤ ਜੀ, ਚਲੋ ਉਹਨੂੰ ਜੱਜ ਕਦੇ ਕਹਿ ਦਿੰਦਾ ਬੱਚੇ ਦੇ ਸਾਹਮਣੇ ਬਈ ਇਹ ਮਾਂ ਨਾਲ ਰਹੂਗਾ, ਬੱਚਾ ਅੱਖਾਂ 'ਚ ਅੱਥਰੂ ਭਰ ਕੇ ਫਾਦਰ ਵੱਲ ਦੇਖਦਾ, ਜਾਂ ਉਹਨੂੰ ਕਹਿ ਦਿੰਦਾ ਵੀ ਇਹ ਤਾਂ ਫਾਦਰ ਰੱਖੂਗਾ, ਪਿਆਰ ਦੋਨਾਂ ਨੇ ਬਰਾਬਰ ਕਰਨਾ ਹੁੰਦਾ, ਪਰ ਬੱਚੇ ਦੀ ਉਸ ਟਾਈਮ ਹਿੰਮਤ ਨਹੀਂ ਪੈਂਦੀ ਵੀ ਉਹ ਕਹਿ ਦੇਵੇ ਮੈਂ ਤਾਂ ਦੋਨਾਂ ਨਾਲ ਰਹਿਣਾ। ਸਾਡੇ ਵਲੰਟੀਅਰਸ ਦੇ ਦਿਲਾਂ 'ਚ ਮਾਨ ਸਾਹਿਬ ਦੇ ਲਈ ਪਿਆਰ ਉਮੜ ਰਿਹਾ, ਖਹਿਰਾ ਸਾਹਿਬ ਦੇ ਲਈ ਪਿਆਰ ਉਮੜ ਰਿਹਾ, ਨਾ ਉਹ ਅਲੱਗ ਹੋ ਰਹੇ ਆ। ਅਰਵਿੰਦ ਕੇਜਰੀਵਾਲ ਦੇ ਮਨ ਦੇ ਬਹੁਤ ਸਤਿਕਾਰ ਆ ਉਹਨਾਂ ਦੇ ਲਈ, ਪਰ ਉਹ ਸਮਝ ਨਹੀਂ ਆ ਰਹੀ ਵੀ ਕੌਣ ਠੀਕ ਹੈ ਕੌਣ ਨਹੀਂ। ਅੱਛਾ, ਇੱਕ ਸਵਾਲ ਮੈਂ ਜ਼ਰੂਰ ਇੱਥੇ ਕਰਨਾ ਚਾਹੁੰਦਾ, ਇਹ ਲੜਾਈ ਦਿੱਲੀ ਅਤੇ ਪੰਜਾਬ ਦੀ ਜਿਹੜੀ ਹੈ ਜੀ, ਇਹ ਕਿਵੇਂ ਬਣ ਗਈ? ਇਹਦੇ ਵਿੱਚ ਕੀ ਮਸਲੇ ਜਿਹੜੇ ਕਰਕੇ ਇਸ ਵਕਤ ਪੂਰਾ ਰੌਲਾ ਪਿਆ ਹੋਇਆ ਕਿ ਦਿੱਲੀ ਵਾਲੇ ਦਿੱਲੀ ਰਹਿਣ ਜੀ, ਪੰਜਾਬ ਪੰਜਾਬੀਆਂ ਦਾ ਹੈ, ਅਤੇ ਅਸੀਂ ਕਿਉਂਕਿ ਪਹਿਲਾਂ ਅਕਾਲੀ ਦਲ ਨੇ ਵੀ ਇਹ ਉਦੋਂ ਮੇਰੇ ਖਿਆਲ ਨਾਰਾ ਦਿੱਤਾ ਸੀ ਕਿ ਪੰਜਾਬ ਪੰਜਾਬੀਆਂ ਦਾ, ਅਤੇ ਹੁਣ ਇਹ ਮੰਨਿਆ ਜਾ ਰਿਹਾ ਕਿ ਵੀ ਉਹਨਾਂ ਦਾ ਨਾਰਾ ਵਾਕਈ ਸਹੀ ਸੀਗਾ, ਇਹ ਦਿੱਲੀ ਜਿਹੜੀ ਹੈ ਸਾਨੂੰ ਤੰਗ ਕਰ ਰਹੀ ਹੈ ਜੀ, ਪੰਜਾਬ ਨੂੰ ਕੰਮ ਨਹੀਂ ਕਰਨ ਦੇ ਰਹੀ। ਬਿਲਕੁਲ ਜੀ, ਦਿੱਲੀ ਜੇ ਪੰਜਾਬ ਪੰਜਾਬੀਆਂ ਦਾ, ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ ਨੂੰ ਮਿਸਟਰ ਮੋਦੀ ਨੂੰ ਕਹਿ ਕੇ ਸਾਡੇ PM ਸਾਹਿਬ ਨੂੰ ਕੈਬਨਿਟ ਰੈਂਕ ਤੋਂ ਆਇਆ ਜੀ, ਠੀਕ, ਉਹਨਾਂ ਵਾਸਤੇ ਪੰਜਾਬ ਪੰਜਾਬੀਆਂ ਦਾ ਵੋਟਾਂ ਲਈ, ਠੀਕ ਹੈ, ਪੰਜਾਬ ਪੰਜਾਬੀਆਂ ਦਾ ਵੋਟਾਂ ਦੇ ਸਮੇਂ ਕੈਪਟਨ ਸਾਹਿਬ ਜਦੋਂ ਪ੍ਰਕਾਸ਼ ਬਾਜਵਾ ਨਾਲ ਲੜ ਕੇ, ਪ੍ਰਤਾਪ ਸਿੰਘ ਬਾਜਵਾ ਨਾਲ ਲੜ ਕੇ ਆਪਣੀ ਅਲੱਗ ਪਾਰਟੀ ਬਣਾ ਰਹੇ ਸੀ, ਉਦੋਂ ਪੰਜਾਬ ਪੰਜਾਬੀਆਂ ਦਾ ਸੀ, ਪਰ ਦਿੱਲੀ ਨਾਲ ਕੋਈ ਲੜਾਈ ਨਹੀਂ ਸੀ ਉਹਨਾਂ ਦੀ ਜੀ, ਉਦੋਂ ਕੋਈ ਲੜਾਈ ਨਹੀਂ ਸੀ। ਸਾਡੀ ਲੜਾਈ ਨੂੰ ਤੁਲ ਦਿੱਤਾ ਗਿਆ, ਅਸੀਂ ਲੜਾਈ ਕਿਹੜੀ ਲੜ ਰਹੇ ਹਾਂ, ਲੜਾਈ ਹੁੰਦੀ ਹੈ ਸੈਂਟਰ ਵਰਸਿਸ ਸਟੇਟ ਦੀ ਜੀ, ਸਾਡੀ ਲੜਾਈ ਬਣ ਗਈ ਸਟੇਟ ਵਰਸਿਸ ਸਟੇਟ ਦੀ। ਪਾਰਟੀ ਹੈ, ਜਦੋਂ ਕੋਈ ਜੁਆਇਨ ਕਰਦਾ ਪਤਾ ਹੀ ਹੈ ਅਰਵਿੰਦ ਕੇਜਰੀਵਾਲ ਨੈਸ਼ਨਲ ਕਨਵੀਨਰ ਉੱਪਰ ਬੈਠੇ ਆ ਜੀ, ਪਤਾ ਹੀ ਹੈ ਸਾਰਾ ਕੁਝ, ਅੱਜ ਵੀ ਅਸੀਂ ਉਹਦੀ ਲੋਗੋ ਲਗਾ ਰਹੇ ਹਾਂ, ਫੋਟੋ ਸਭ ਕੁਝ ਉਹਦਾ ਕਰ ਰਹੇ ਹਾਂ ਜੀ ਜੀ, ਪਰ ਪੰਜਾਬ ਪੰਜਾਬੀਆਂ ਦਾ, ਆਮ ਆਦਮੀ ਪਾਰਟੀ ਦਾ ਜੇ ਕੋਈ ਡਿਸੀਜ਼ਨ ਦਿੱਲੀਓਂ ਆ ਜਾਂਦਾ ਤਾਂ ਪੰਜਾਬ ਪੰਜਾਬੀਆਂ ਦਾ, ਪਰ ਜੇ ਉਹੀ ਡਿਸੀਜ਼ਨ ਕਾਂਗਰਸ ਦਾ ਆ ਜਾਂਦਾ ਜਾਂ ਅਕਾਲੀਆਂ ਦਾ ਆ ਜਾਂਦਾ ਜਾਂ BJP ਦਾ ਆ ਜਾਂਦਾ ਤਾਂ ਸਾਡੀ ਆਪਸੀ ਅੰਡਰਸਟੈਂਡਿੰਗ। ਇੱਕ ਵਾਰ ਕਾਂਗਰਸ ਦੇ ਵਿੱਚ 40 MLAs ਨੇ ਲਿਖ ਕੇ ਦਿੱਤਾ ਵੀ ਸਾਡਾ LOP ਆਹ ਬੰਦਾ ਹੋਣਾ ਚਾਹੀਦਾ ਜੀ,
ਉੱਥੋਂ ਐਲਓਪੀ ਦੂਜਾ ਆ ਗਿਆ, ਉਹ ਲਿਖ ਕੇ ਆ ਗਿਆ ਐਲਓਪੀ ਜੀ ਭੱਠਲ, ਮਿਸਟਰ ਮਿਸਿਸ ਭੱਠਲ ਨੂੰ ਬਣਾਇਆ ਸੀ ਜੀ 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 ਜੀ, ਤੇ ਉਦੋਂ ਲਿਖ ਕੇ ਆ ਗਿਆ। ਉਦੋਂ ਪੰਜਾਬ ਪੰਜਾਬੀਆਂ ਨਾਲ ਕਿਉਂ ਨਹੀਂ ਸੀ, ਉਦੋਂ ਕਿਉਂ ਕਿਉਂ ਨਹੀਂ ਕਿਹਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਜੀ। ਸਾਰੀਆਂ ਤਿੰਨੇ ਹੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ, ਸਾਡੀ ਚੱਲ ਪਈ ਤਾਂ ਪੰਜਾਬ ਪੰਜਾਬੀਆਂ ਨਾਲ, ਤੁਹਾਡੀ ਚੱਲ ਪਈ ਪੰਜਾਬ ਪੰਜਾਬੀਆਂ ਦਾ ਨਹੀਂ ਰਹਿ ਗਿਆ, ਕੀ ਗੱਲ, ਉਹ ਸਾਡੇ ਲੀਡਰ ਹੈ। ਅੱਛਾ ਮੇਰੀ ਮੇਰੀ ਗੱਲ ਸੁਣੋ, ਮੈਨੂੰ ਅੱਜ ਤੁਹਾਡੀਆਂ ਗੱਲਾਂ ਤੋਂ ਇੱਦਾਂ ਲੱਗ ਰਿਹਾ ਕਿ ਵੀ ਤੁਸੀਂ ਇਸ ਵਕਤ ਖਹਿਰਾ ਸਾਹਿਬ ਬਾਰੇ ਵੀ ਮਤਲਬ ਪੋਲਾਈਟਲੀ ਗੱਲ ਕਰ ਰਹੇ ਹੋ, ਬਾਕੀ ਲੀਡਰਾਂ ਬਾਰੇ ਵੀ ਗੱਲ ਕਰ ਰਹੇ ਹੋ, ਤੁਹਾਨੂੰ ਇੱਦਾਂ ਲੱਗ ਰਿਹਾ ਕਿ ਵੀ ਕੋਈ ਵੱਖਰਾ ਬੰਦਾ ਜਿਹੜਾ ਉਹਨੇ ਆਮ ਆਦਮੀ ਪਾਰਟੀ ਪਾੜੀ? ਦੋਨੇ ਪਾਰਟੀਆਂ ਸਾਜਿਸ਼ ਕਰ ਰਹੀਆਂ, ਤੀਜੀ ਧਿਰ ਨੂੰ ਦਬਾਉਣ। ਦੋਵੇਂ ਪਾਰਟੀ ਨਾਂ ਲੈ ਕੇ ਦੱਸੋ ਨੇ ਕਿਹੜੀ? ਅਕਾਲੀ ਦਲ ਤੇ ਕਾਂਗਰਸ ਪਾਰਟੀ। ਅੱਛਾ, ਤੇ ਇੱਕ ਸਭ ਤੋਂ ਵੱਡਾ ਯੋਗਦਾਨ ਆ ਲੋਕ ਇਨਸਾਫ ਪਾਰਟੀ ਦਾ। ਅੱਛਾ, ਬੈਂਸ ਭਰਾਵਾਂ ਦਾ। ਬੈਂਸ ਭਰਾਵਾਂ ਦਾ ਇਹ ਖਤਮ ਕਰਨ ਤੇ ਆਏ ਹੋਏ ਆ। ਸਾਡਾ ਇਸ ਟਾਈਮ ਖਹਿਰਾ ਸਾਹਿਬ ਮੇਰੇ ਵੱਡੇ ਬ੍ਰਦਰ ਹੈ ਜੀ, ਮੈਨੂੰ ਜਦੋਂ ਵੀ ਮੁਸੀਬਤ ਪਈ ਮੈਂ ਉਹਨਾਂ ਦਾ ਹੱਥ ਫੜਿਆ, ਉਹਨਾਂ ਨੇ ਵੀ ਮੈਨੂੰ ਪ੍ਰੋਪਰ ਗਾਈਡ ਕੀਤਾ ਜੀ। ਅੱਜ ਵੀ ਮੈਂ ਕਿਸੇ ਪਾਸੇ ਨਹੀਂ ਤੁਰ ਰਹੀ, ਨਾ ਉੱਧਰ ਨਾ ਉੱਧਰ, ਕਿਉਂਕਿ ਮੈਨੂੰ ਪਤਾ ਵੀ ਕੋਈ ਵਾਪਸ ਮੋੜਨ ਵਾਲਾ ਵੀ ਰਸਤਾ ਚਾਹੀਦਾ ਜੀ। ਤੇ ਮੈਂ ਇੱਕੋ ਹੀ ਗੱਲ ਕਰ ਰਹੀ ਹਾਂ, ਹੁਣ ਵੀ ਮੈਂ ਕਹਿਣੀ ਹੈ ਵੀ ਵਾਪਸ ਆ ਜਾਓ, ਇਕੱਠੇ ਹੋ ਜਾਓ, ਲੜ ਲਓ, ਤੁਹਾਨੂੰ ਕੁਛ ਵੀ ਚਾਹੀਦਾ ਘਰ 'ਚ ਬੈਠ ਕੇ ਗੱਲ ਕਰ ਲਈਏ, ਕਿਉਂ ਨਹੀਂ ਕਰ ਰਹੇ ਆਪਾਂ? ਇੱਕ ਬੇਟਾ ਆਪਣੇ ਫਾਦਰ ਤੋਂ ਪ੍ਰੋਪਰਟੀ ਮੰਗਣੀ ਚਾਹੁੰਦਾ, ਪਰ ਉਹ ਦੱਸ ਜਾ ਕੇ ਗੁਆਂਢੀਆਂ ਨੂੰ ਰਿਹਾ, ਫਾਦਰ ਨੂੰ ਉਹ ਕਹਿ ਨਹੀਂ ਰਿਹਾ ਡਰਦਾ ਵੀ ਮੈਨੂੰ ਕਿਤੇ ਕੁਛ ਹੋ ਨਾ ਜਾਵੇ, ਮੇਰਾ ਕੋਈ ਡਿਸੀਜ਼ਨ ਗਲਤ ਨਾ ਲੈ ਲੇ, ਸਗੋਂ ਬੈਟਰ ਹੈ ਘਰ 'ਚ ਬੈਠ ਕੇ ਸਲਾਹ ਕਰ ਲਈਏ, ਸਾਨੂੰ ਸਾਰੇ MLAs ਨੂੰ ਇਕੱਠੇ ਕਰਨ ਵੀ ਮੇਰੇ ਨਾਲ ਆਹ ਗੱਲ ਹੋ ਰਹੀ ਹੈ, ਚਲੋ ਚੱਲੀਏ, ਨਹੀਂ ਜਾਣਾ ਮੈਸੇਜ ਭੇਜੋ ਵੀ ਸਾਨੂੰ ਮਿਲੋ। ਨਹੀਂ ਪਰ ਉਹ ਖਹਿਰਾ ਸਾਹਿਬ ਦਾ ਵੀ ਤਾਂ ਇਹ ਕਹਿਣਾ ਨਾ ਜੀ ਵੀ ਕੁਝ ਕੁ ਜਿਹੜੇ MLA ਸਾਹਿਬਾਨ ਨੇ ਜੀ ਉਹ ਉਹਨਾਂ ਦਾ ਸਾਥ ਨਹੀਂ ਦੇ ਰਹੇ, ਇਹੋ ਜਿਹੀ ਕੋਈ ਗੱਲ ਹੈ ਕਿ ਵੀ ਅੰਦਰ ਖਾਤੇ MLA ਵੀ ਵੰਡੇ ਹੋਏ ਆ? ਬਿਲਕੁਲ ਨਹੀਂ ਜੀ, ਖਹਿਰਾ ਸਾਹਿਬ ਦੀ ਅੱਜ ਤੱਕ ਕੋਈ ਮੀਟਿੰਗ ਦੇਖ ਲਓ, ਖਹਿਰਾ ਸਾਹਿਬ ਦਾ ਕੋਈ ਮੁੱਦਾ ਦੇਖ ਲਓ, ਸਾਰੇ MLA ਉਹਨਾਂ ਦੇ ਪਿੱਛੇ ਖੜੇ ਜੀ। ਠੀਕ ਹੈ, ਪੰਜਾਬ ਅੱਜ ਵੀ ਪੰਜਾਬੀਆਂ ਦਾ, ਪੰਜਾਬ ਕੱਲ੍ਹ ਵੀ ਪੰਜਾਬੀਆਂ ਦਾ ਰਹਿਣਾ, ਅਤੇ ਅਸੀਂ ਕੋਈ ਯੂਪੀ ਅਤੇ ਹਰਿਆਣੇ ਤੋਂ ਤਾਂ ਆਏ ਨਹੀਂ, ਅਸੀਂ ਕੋਈ ਇਹ ਵੀ ਨਹੀਂ ਵੀ ਬਾਹਰ ਚਲੇ ਗਏ ਜੀ, ਮੈਂ ਤਾਂ ਫੋਰਨ ਸੈਟਲ ਹੋ ਕੇ ਵਾਪਸ ਆ ਰਹੀ ਹਾਂ 2 ਮਹੀਨੇ ਬਾਅਦ, ਅਸੀਂ ਤਾਂ ਇੱਥੇ ਹੀ ਰਹਿੰਦੇ ਹਾਂ ਜੀ। ਜਦੋਂ ਕੋਈ ਚਿੱਟੇ ਨਾਲ ਮੁੰਡਾ ਮਰਦਾ ਉਹ ਸਾਡੇ ਘਰਾਂ ਦੇ ਆਲੇ ਦੁਆਲੇ 70 ਚੱਲਦਾ ਜੀ, ਜਦੋਂ ਕੋਈ ਕੁੜੀ ਨਾਲ ਗਲਤ ਹਰਕਤ ਹੁੰਦੀ ਹੈ ਸਾਡੀਆਂ ਧੀਆਂ ਭੈਣਾਂ 'ਚੋਂ ਹੀ ਹੁੰਦੀ ਹੈ ਜੀ। ਬਸ ਇਹੀ ਹੈ ਵੀ ਜੀ, ਬਿਲਕੁਲ ਜਿਹੜੀ ਅਸੀਂ ਗੱਲਾਂ ਕਰ ਰਹੇ ਹਾਂ ਸਾਨੂੰ ਕਿਸੇ ਨਾ ਕਿਸੇ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਦੱਬਿਆ ਜਾ ਰਿਹਾ। ਜਿਹੜੇ ਬੰਦੇ, ਮੈਂ ਨਹੀਂ ਕਹਿੰਦੀ ਸਾਰੇ, ਜਿਹੜੇ ਬੰਦੇ ਇਸ ਸਾਜ਼ਿਸ਼ ਦੇ ਵਿੱਚ ਆ ਜਾਣਗੇ ਉਹ ਤਾਂ ਟ੍ਰੈਪ ਹੈ, ਪਰ ਅਸੀਂ ਜਿਹੜੀ ਇੱਕ ਨਵੀਂ ਸੋਚ ਲੈ ਕੇ ਨਿਕਲੇ ਹਾਂ, ਆਪਾਂ ਉਸ ਸੋਚ ਤੋਂ ਕਿਉਂ ਭਟਕ ਰਹੇ ਹਾਂ? ਆਪਾਂ ਕਿਉਂ ਕਹਿ ਰਹੇ ਹਾਂ ਵੀ ਆਪਾਂ, ਦੇਖੋ ਜਦੋਂ ਸਾਨੂੰ ਪਤਾ ਸੀ ਸਾਡੇ ਨੇਤਾ ਨੇ ਪਹਿਲੇ ਦਿਨ ਕਹਿਤਾ ਸੀ ਨਾ ਰਿਸ਼ਵਤ ਕਰੂੰਗਾ ਨਾ ਹੁਣੇ ਦੂੰਗਾ ਜੀ, ਸਾਨੂੰ ਪਤਾ ਸੀ ਵੀ ਇਸ ਇੰਨੇ 'ਚ ਗੁਜ਼ਾਰਾ ਕਰਨਾ, ਠੀਕ ਹੈ। ਸਾਨੂੰ ਟਿਕਟ ਲੈਣ ਵੇਲੇ ਤਾਂ ਅਸੀਂ ਕਦੇ ਮਾਨ ਸਾਹਿਬ ਦੇ ਪੈਰ ਫੜ ਲਏ, ਕਦੇ ਕਿਸੇ ਹੋਰ ਨੂੰ ਪੁੱਛ ਲਿਆ, 10 ਦਿੱਲੀ ਦੇ ਗੇੜੇ ਲਾ ਲਏ, ਠੀਕ ਹੈ, ਟਿਕਟ ਮਿਲ ਗਈ। ਹੁਣ ਪੰਜਾਬ ਪੰਜਾਬੀਆਂ ਦਾ ਕਿਉਂ ਨਹੀਂ ਤੁਸੀਂ ਉਦੋਂ ਆਹੀ ਮੰਗ ਰੱਖੀ ਵੀ ਮੈਂ ਤਾਂ ਟਿਕਟ ਤਾਂ ਲਊਂਗਾ? ਨਜ਼ਾਰਾ ਆ ਜਾਂਦਾ ਨਾ ਉਦੋਂ ਤੁਸੀਂ ਇਹ ਮੰਗ ਰੱਖੀ ਹੁੰਦੀ ਵੀ ਜੇ ਤੁਸੀਂ ਮੈਨੂੰ ਖੁਦ ਮੁਖਤਿਆਰੀ ਦਿਓਗੇ, ਪ੍ਰਧਾਨਗੀ ਦਿਓਗੇ, ਠੀਕ ਹੈ, ਅਤੇ ਅਸੀਂ ਐਂ ਕਰਾਂਗੇ, ਤੁਸੀਂ ਕਰਦੇ। ਮੈਂ ਸਮਝ ਗਿਆ। ਚਲੋ ਸਬਜੀ ਜੀ, ਮੇਰੇ ਖਿਆਲ ਸਮਾਂ ਹੁਣ ਸਾਡਾ ਮੁੱਕ ਗਿਆ, ਆਖਰੀ 1 ਮਿੰਟ ਦੇ ਵਿੱਚ ਕੋਈ ਤੁਸੀਂ ਬੇਨਤੀ ਰਿਕੁਐਸਟ ਸਾਡੇ ਇਸ ਪਲੇਟਫਾਰਮ ਤੋਂ ਪੰਜਾਬੀਆਂ ਨੂੰ, ਦਰਸ਼ਕਾਂ ਨੂੰ ਜਾਂ ਆਪਣੀ ਪਾਰਟੀ ਦੇ ਵਲੰਟੀਅਰਸ ਨੂੰ ਜਾਂ ਕਿਸੇ ਨੂੰ ਵੀ ਕੁਛ ਕਹਿਣਾ ਚਾਹੋ ਤਾਂ ਜ਼ਰੂਰ ਕਹੋ ਜੀ। ਮੈਂ ਇੱਕੋ ਹੀ ਗੱਲ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਮਿਹਨਤ ਕਰਦੀ ਹਾਂ, ਸਾਰੇ ਮੇਰੇ ਭੈਣ ਭਰਾ ਵਾਪਸ ਆਓ ਇੱਕ ਪਲੇਟਫਾਰਮ 'ਤੇ ਖੜ ਕੇ। ਅੱਜ ਪੰਜਾਬ ਲੜ ਰਿਹਾ ਨਸ਼ੇ ਦੇ ਨਾਲ, ਪੰਜਾਬ ਲੜ ਰਿਹਾ, ਉਹ ਸਾਡੀ ਛੋਟੀ ਜਿਹੀ ਬੱਚੀ ਨੂੰ ਮਾਰ ਕੇ ਸਿੱਟਤਾ, ਉਹਨੇ ਰੇਪ ਕਰਤਾ, ਅੱਜ ਪੰਜਾਬ ਲੜ ਰਿਹਾ ਚਿੱਟੇ ਨਾਲ, ਨਸ਼ੇ ਨਾਲ, ਅੱਜ ਅਸੀਂ ਬਰਗਾੜੀ ਕਾਂਡ 'ਤੇ ਬੈਠੇ ਹਾਂ, ਅਸੀਂ ਕਿਹੜੇ ਮੁੱਦਿਆਂ 'ਚ ਪੈ ਗਏ? ਅਸੀਂ ਕਿਉਂ ਨਹੀਂ ਕਹਿੰਦੇ ਵੀ ਅਸੀਂ ਆਪਦੇ ਮੁੱਦੇ ਘਰ ਦੇ ਅੰਦਰ ਬੈਠ ਕੇ ਲੜਾਂਗੇ, ਪੰਜਾਬ ਦੀ ਲੜਾਈ ਹੱਕ ਦੇ ਸੱਚ ਦੇ ਨਾਲ ਬਰਾਬਰ ਲੜ ਕੇ ਕਰਾਂਗੇ। ਮੈਂ ਇੱਕੋ ਹੀ ਕਹਿੰਦੀ ਹਾਂ, ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਅਧੀਨ ਸਾਡੇ ਲੀਡਰ ਇੱਕ ਇੱਕ ਕਰਕੇ ਸਿੱਟੇ ਜਾ ਰਹੇ ਆ। ਜਿਹੜੇ ਮੇਰੇ ਬਾਹਰ ਵਿਦੇਸ਼ਾਂ 'ਚ ਬੈਠੇ ਭਰਾ ਵਾ, ਉਹ ਸਾਡੇ ਤੋਂ ਸੂਝਵਾਨ ਆ, ਸਾਡੇ ਤੋਂ ਜ਼ਿਆਦਾ ਸਮਝਦਾਰ ਆ, ਉਹ ਇਸ ਚੀਜ਼ ਨੂੰ ਪ੍ਰੋਪਰ ਅਨੈਲਿਸਿਸ ਕਰੋ, ਪ੍ਰੋਪਰ ਅਨੈਲਿਸਿਸ ਕਰਕੇ ਇਸ ਚੀਜ਼ ਨੂੰ ਦੇਖੋ ਵੀ ਅਸੀਂ ਕਿੱਥੇ ਆ ਕੇ ਖੜ ਗਏ ਅਤੇ ਕੀ ਇਹਦੀ ਸਮੱਸਿਆ ਦਾ ਕਾਰਨ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਜੀ, ਤੁਸੀਂ ਸਮਾਂ ਕੱਢਿਆ ਅਤੇ ਆਪਣਾ ਪੱਖ, ਆਪਣੀ ਪਾਰਟੀ ਦਾ ਪੱਖ ਸਾਡੇ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਦਿਓ ਗੁਰਪ੍ਰੀਤ ਸੰਧਾਂ ਵਾਲੀਆਂ ਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।
ਯੂਕੇ ਸਮੇਤ ਪੂਰੇ ਯੂਰਪ ਚ ਵਸਦੇ ਪੰਜਾਬੀ ਗ੍ਰੇਟ ਏਸ਼ੀਆ ਟੀਵੀ ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ, ਜਿਵੇਂ ਪ੍ਰਾਈਮ ਡਿਸਕਸ਼ਨ, ਖਬਰ ਦੀ ਖਬਰ, ਚੱਜ ਦਾ ਵਿਚਾਰ, ਪ੍ਰਾਈਮ ਫੋਕਸ, ਪ੍ਰਾਈਮ ਵੂਮੈਨ, ਪ੍ਰਾਈਮ ਟਾਈਮ, ਪ੍ਰਾਈਮ ਜ਼ਿੰਦਗੀ, ਪ੍ਰਾਈਮ ਚਰਚਾ, ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼। ਸੋ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀ ਵਿਊ ਚੈਨਲ ਨੰਬਰ 264 ਤੇ 9 ਅਗਸਤ 2018 ਤੋਂ ਆਨਵਰਡਸ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।